ਸੋ 2000 ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀ ਅਨਪਲੱਗਡ ਉੱਤੇ ਅੱਜ ਦੀ ਰਿਪੋਰਟ ਬਹੁਤ ਹੀ ਮਹੱਤਵਪੂਰਨ ਹੈ ਰਿਪੋਰਟ ਮਹੱਤਵਪੂਰਨ ਇਸ ਵਾਸਤੇ ਹੈ ਕਿਉਂਕਿ ਅੱਜ ਮੈਂ ਗਾਲ 2015 ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਬੇਅਦਬੀਆਂ ਦੀਆਂ ਅਲੱਗ-ਅਲੱਗ ਘਟਨਾਵਾਂ ਉੱਤੇ ਕਰਨ ਜਾ ਰਿਹਾ ਹਾਂ ਪਹਿਲਾਂ ਆਪਾਂ ਕਈ ਸਿਆਸੀ ਤੇ ਗੈਰ ਸਿਆਸੀ ਸੰਦਰਭਾਂ ਦੇ ਵਿੱਚ ਇਸ ਪੂਰੇ ਕੇਸ ਉੱਤੇ ਗੱਲਬਾਤ ਕੀਤੀ ਹੈ ਲੇਕਿਨ ਹਾਲ ਹੀ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗੁਰਮੀਤ RAM ਰਹੀਮ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਕੋਸ਼ਿਸ਼ ਕੀਤੀ ਵੀ ਇਸ ਕੇਸ ਵਿੱਚ ਉਸ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਸੀ ਤੇ ਉਸ ਤੋਂ ਜਿਹੜੀ ਕਸਟੋਡੀਅਲ ਇੰਟਰੋਗੇਸ਼ਨ ਦੀ ਮੰਗ ਪੰਜਾਬ ਦੀ SIT ਕਰ ਰਹੀ ਹੈ ਉਸ ਉੱਤੇ ਉਸ ਨੂੰ ਕੋਈ ਰਿਲੀਫ ਮਿਲ ਸਕੇ ਹਾਲਾਂਕਿ ਗੁਰਮੀਤ ਰਾਮ ਰਹੀਮ ਨੂੰ ਇਸ ਹੱਦ ਤੱਕ ਤਾਂ ਰੀਲੀਫ ਮਿਲ ਗਿਆ ਕਿ ਉਸ ਨੂੰ ਪੁਲਿਸ ਕੋਲ ਖੁਦ ਜਾ ਕੇ ਉਸ ਤੋਂ ਪੁੱਛਗਿੱਛ ਦਾ ਸਾਹਮਣਾ ਨਹੀਂ ਕਰਨਾ ਪਏਗਾ ਲੇਕਿਨ ਅਦਾਲਤ ਵੱਲੋਂ ਐਸਆਈਟੀ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਸੁਨਰੀਆ ਦੀ ਜੇਲ੍ਹ ਵਿੱਚ ਜਾ ਕੇ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਕੀ ਖੁਲਾਸੇ ਕਰਦਾ ਹੈ ਇਹ ਤਾਂ ਸਮਾਂ ਦੱਸੇਗਾ ਕਿਉਂਕਿ ਉਸ ਤਰੀਕੇ ਦੀ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਹੋਣ ਵਾਲੀ ਜਿਸ ਤਰੀਕੇ ਦੀ ਇੰਟਰੋਗੇਸ਼ਨ ਅਕਸਰ ਪੁਲਿਸ ਰਿਮਾਂਡ ਦੇ ਵਿੱਚ ਕੀਤੀ ਜਾਂਦੀ ਹੈ ਹਰਿਆਣਾ ਦਿਖਾਲੇ ਰਹੀ ਵੀ ਗੁਰਮੀਤ RAM ਰਹੀਮ ਨੂੰ ਆਪਣੇ ਕੇਸ ਨੂੰ ਬਿਲਡ ਅਪ ਕਰਨ ਲਈ ਹਾਈ ਕੋਰਟ ਦੇ ਵਿੱਚ ਨਾਮੀ ਜਿਹੜਾ ਗੈਂਗਸਟਰ ਹੈ ਲਾਰੈਂਸ ਬਿਸ਼ਨੋਈ ਉਸ ਵੱਲੋਂ ਹੀ ਇੱਕ ਅਜੇ ਹੀ ਪਟੀਸ਼ਨ ਪਾਈ ਗਈ ਸੀ ਜਦੋਂ ਉਸ ਨੂੰ ਪੰਜਾਬ ਅਤੇ ਹਰਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟਾਂ ਉੱਤੇ ਰਿਮਾਂਡ ਲਈ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਪੰਜਾਬ ਵਿੱਚ ਲਜਾਣ ਲਈ ਕੋਸ਼ਿਸ਼ ਕਰ ਰਹੇ ਸਨ ਲਾਰੈਂਸ ਬਿਸ਼ਨੋਈ ਨੇ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜ ਕੇ ਆਪਣੀ ਜਿਹੜੀ ਹਾਜ਼ਰੀ ਸੀ ਆ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਉਸ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਲਜਾਏ ਜਾਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਸੀ ਹਵਾਲਾ ਇਹ ਲਾਰੈਂਸ ਬਿਸ਼ਨੋਈ ਵੱਲੋਂ ਦਿੱਤਾ ਗਿਆ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ ਤੇ ਉਸ ਨੂੰ ਐਲੀਮੀਨੇਟ ਕਰਤਾ ਜਾਏਗਾ ਸੋ ਤਕਰੀਬਨ ਉਸੀ ਪਟੀਸ਼ਨ ਨੂੰ ਬੇਸ ਬਣਾ ਕੇ ਗੁਰਮੀਤ ਰਾਮ ਰਹੀਮ ਨੇ ਵੀ ਹਾਈ ਕੋਰਟ ਤੋਂ ਰਿਲੀਫ ਮੰਗਣ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਕਾਫੀ ਹੱਦ ਤੱਕ ਗੁਰਮੀਤ ਰਾਮ ਰਹੀਮ ਕਾਮਯਾਬੀ ਹੋਇਆ ਉਸ ਦਾ ਕਾਨੂੰਨੀ ਪੱਖ ਕਾਮਯਾਬੀ ਹੋਇਆ ਲੇਕਿਨ ਅੱਜ ਦੀ ਰਿਪੋਰਟ ਇੱਕ ਬਹੁਤ ਹੀ ਸੰਜੀਦਾ ਮੁੱਦੇ ਉੱਤੇ ਹੈ ਅੱਜ ਦੀ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਦੋ ਅਜਿਹੇ ਬਹੁਤ ਅਹਿਮ ਗਵਾਹੀਆਂ ਉੱਤੇ ਨਜ਼ਰ ਪਵਾਵਾਂਗਾ ਇਹ ਨਜ਼ਰਸਾਨੀ ਕਰਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਵੀ ਪਹਿਲੇ ਮੌਕੇ ਤੇ ਹੀ ਇਹ ਨਜ਼ਰਸਾਨੀ ਕਰਨ ਵਿੱਚ ਕਾਮਯਾਬ ਹੋਇਆ ਹਾਂ ਬੁਰਜワਤ ਸਿੰਘ ਵਾਲਾ ਅਤੇ ਬਰਗਾੜੀ ਦੀਆਂ ਬੇਅਦਬੀਆਂ ਘਟਨਾਵਾਂ ਦੇ ਮੁਤਲਕ ਜਿਹੜੇ ਚਲਾਨ ਹੈਗੇ ਨੇ ਉਹਨਾਂ ਨੂੰ ਫਰੀਦਕੋਟ ਦੀ ਅਦਾਲਤਾਂ ਦੇ ਵਿੱਚ ਫਾਈਲ ਕੀਤਾ ਗਿਆ ਹੈ ਇਹ ਚਲਾਨ ਤੇ ਚਾਰ ਸ਼ੀਟਾਂ ਬਾਰੇ ਪੁਲਿਸ ਨੇ ਖੁੱਲਕੇ ਐਸਆਈਟੀ ਨੇ ਜਾਣਕਾਰੀ ਕਦੇ ਵੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਉਤਲੀਆਂ-ਉਤਲੀਆਂ ਗੱਲਾਂ ਹੁੰਦੀਆਂ ਰਹੀਆਂ ਲੇਕਿਨ ਜਦੋਂ ਗੁਰਮੀਤ ਆਰਾਮ ਰਹੀਮ ਤੇ ਉਸਦੇ ਕਾਨੂੰਨੀ ਪੱਖ ਨੂੰ ਹਾਈ ਕੋਰਟ ਤਾਰੂਖ ਕਰਨਾ ਪਿਆ ਉਸ ਵਿੱਚ ਉਹਨਾਂ ਨੇ ਉਹ ਤਮਾਮ ਅਹਿਮ ਜਿਹੜੇ ਦਸਤਾਵੇਜ਼ ਸਨ ਜਿਨ੍ਹਾਂ ਦੇ ਵਿੱਚ ਦੋ ਸਭ ਤੋਂ ਜ਼ਿਆਦਾ ਮਹੱਤਵਪੂਰਨ ਗਵਾਹੀਆਂ ਸਨ ਜੋ ਕਿ ਮੈਂ ਤੁਹਾਡੇ ਲਈ ਅੱਜ ਇਸ ਰਿਪੋਰਟ ਦੇ ਵਿੱਚ ਪੇਸ਼ ਕਰਾਂਗਾ ਜਿਸ ਦੇ ਵਿੱਚ ਪਹਿਲੀ ਗਵਾਹੀ ਸੀ ਮਹਿੰਦਰਪਾਲ ਸਿੰਘ ਬਿੱਟੂ ਦੀ ਉਹ ਮੁਲਜ਼ਮ ਜੋ ਕਿ ਇਸ ਕੇਸ ਦੇ ਵਿੱਚ ਕੋਟਖਪੂਰਾ ਪਿੰਡਰ ਉੱਤੇ ਡੇਰੇ ਸੱਚੇ ਸੌਦੇ ਦਾ ਇੱਕ ਮੁੱਖ ਪੈਰੋਕਾਰ ਮੰਨਿਆ ਜਾਂਦਾ ਸੀ ਇਸ ਪੂਰੀ ਘਟਨਾਵਾ ਦਾ ਬੇਦਬੀ ਦੀ ਘਟਨਾਵਾ ਦਾ ਇੱਕ ਮਾਸਟਰਮਾਈਂਡ ਵੀ ਉਸ ਨੂੰ ਮੰਨਿਆ ਗਿਆ ਤੇ ਉਸ ਨੂੰ ਨਾਬਾ ਜੇਲ੍ਹ ਦੇ ਵਿੱਚ ਮਰਡਰ ਕਰਤਾ ਗਿਆ ਸੀ ਉਸ ਨੂੰ ਮਾਰਤਾ ਗਿਆ ਸੀ ਉਸ ਦੀ ਉਹ ਗਵਾਹੀ ਹੈ ਜੋ ਕਿ ਜੁਲਾਈ 2018 ਦੇ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਮੋਗਾ ਦੇ ਅਦਾਲਤ ਤੇ ਜੱਜ ਸਾਹਿਬ ਦੇ ਅੱਗੇ ਦਿੱਤੀ ਗਈ ਜੱਜ ਜੀਐਸ ਸੋਹਲ ਜੀਐਮਆਈਸੀ ਮੋਗਾ ਸੋ 164 ਦੇ ਬਿਆਨ ਹੈਗੇ ਨੇ ਜਿਸ ਉੱਤੇ ਕਾਫੀ ਹੱਦ ਤੱਕ ਪੰਜਾਬ ਦੀ ਰਣਵੀਰ ਸਿੰਘ ਖਟੜਾ ਤੇ ਇਸ ਵਕਤ ਐਸਪੀਐਸ ਜਿਹੜੇ ਪਰਮਾਰ ਹੈਗੇ ਨੇ ਜੋ ਕਿ ਸਿੱਟ ਦੇ ਮੁਖੀ ਹੈਗੇ ਨੇ ਇਨਾਂ ਦੀ ਪੂਰੀ ਦੀ ਪੂਰੀ ਤਫ਼ਤੀਸ਼ ਕੀਤੀ ਹੋਈ ਹੈ ਕਿਉਂਕਿ ਇਸੇ ਗਵਾਹੀ ਦੇ ਵਿੱਚ ਖੁਦ ਆਪਣੇ ਬੇਸ ਉੱਤੇ ਸੂ ਮੋਟੋ ਇੱਕ ਚਿੱਠੀ ਪਹਿਲਾਂ ਲਿਖੀ ਜਾਂਦੀ ਹੈ ਜੇਲ੍ਹ ਦੇ ਵਿੱਚ ਫਰੀਦਕੋਟ ਜੇਲ੍ਹ ਤੋਂ ਚਿੱਠੀ ਜੱਸ ਸਾਹਿਬ ਨੂੰ ਸੰਬੋਧਿਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਤਾਰੀਖ ਮਕਰਰ ਹੁੰਦੀ ਹੈ ਤੇ ਮੋਗਾ ਦੀ ਹਲਾਲਤ ਵਿੱਚ ਮਹਿੰਦਰਪਾਲ ਸਿੰਘ ਬਿੱਟੂ ਪੇਸ਼ ਹੋ ਕੇ ਇੱਕ ਆਪਣੀ ਲੰਬੀ ਚੌੜੀ ਗਵਾਹੀ ਹੈ ਉਹ ਦੰਦਾ ਹੈ ਕਿਉਂਕਿ ਹੁਣ ਚਲਾਨ ਪੇਸ਼ ਹੋ ਚੁੱਕਾ ਹੈ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟਸ ਨੇ ਇਹ ਰਿਕਾਰਡ ਤੇ ਉੱਤੇ ਆ ਚੁੱਕੇ ਨੇ ਅਜੇ ਤੱਕ ਇਸ ਗਵਾਹੀ ਤੇ ਜਿੰਨੇ ਵੀ ਕੰਟੈਂਟਸ ਸਨ ਉਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਨਹੀਂ ਸੀ ਲਿਆਂਦਾ ਗਿਆ ਕਿਉਂਕਿ ਜੇ ਐਮ ਆਈ ਸੀ ਮੋਗਾ ਦੀ ਅਦਾਲਤ ਵੱਲੋਂ ਇਸ ਬਿਆਨ ਨੂੰ ਸੀਲ ਬੰਦ ਕੀਤਾ ਗਿਆ ਸੀ ਲੇਕਿਨ ਕਿਉਂਕਿ ਹੁਣ ਚਲਾਨ ਤੇ ਕੋਰਟ ਦੇ ਰਿਕਾਰਡ ਦਾ ਹਿੱਸਾ ਨਹੀਂ ਤੇ ਇਸ ਕੋਰਟ ਦੇ ਵਿੱਚ ਚਾਰੀ ਮੁਕਦਮੇ ਬਾਜ਼ੀ ਦੇ ਵਿੱਚ ਗੁਰਮੀਤ RAM ਰਹੀਮ ਦਾ ਪੱਖ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦਾ ਹੈ ਤਾਂ ਉਸ ਤੋਂ ਉਸ ਦੇ ਕੋਲ ਇਹ ਐਕਸੈਸ ਇਨ ਡਾਕੂਮੈਂਟਸ ਦਾ ਇਹਨਾਂ ਗਵਾਹੀਆਂ ਦਾ ਹੈ ਲੇਕਿਨ ਇਸੇ ਬਹਾਨੇ ਸਾਨੂੰ ਵੀ ਮੌਕਾ ਮਿਲਦਾ ਵੀ ਅਸੀਂ ਮਹਿੰਦਰਪਾਲ ਬਿੱਟੂ ਨੇ ਜੱਜ ਮੋਗਾ ਦੇ ਜੱਜ ਦੇ ਸਾਹਮਣੇ ਕੀ ਬਿਆਨ ਦਿੱਤਾ ਇਸ ਨੂੰ ਸਮਝ ਪਾਈਏ 164 ਦੇ ਬਿਆਨ ਕਾਫੀ ਪੁਖਤਾ ਮੰਨੇ ਜਾਂਦੇ ਨੇ ਇਸ ਦੇ ਨਾਲ ਇੱਕ ਦੂਸਰੀ ਗਵਾਹੀ ਹੈ ਜੋ ਕਿ ਇੱਕ ਹੋਰ ਨਵਾਂ ਜਿਹੜਾ ਇਸ ਕੇਸ ਦੇ ਵਿੱਚ ਗਵਾਹ ਹੈ ਪ੍ਰਦੀਪ ਕੁਮਾਰ ਸ਼ਰਮਾ ਪ੍ਰਦੀਪ ਕੁਮਾਰ ਸ਼ਰਮਾ ਹਾਲਾਂਕਿ ਗਵਾਹ ਤਾਂ ਪਹਿਲਾਂ ਵੀ ਸੀ 2018 ਦੇ ਵਿੱਚ ਵੀ ਐਸਆਈਟੀ ਰਣਬੀਰ ਸਿੰਘ ਖਟਰਾ ਦੀ ਐਸਆਈਟੀ ਨੇ ਉਹਨਾਂ ਨੂੰ ਐਗਜ਼ਾਮਿਨ ਕੀਤਾ ਸੀ ਲੇਕਿਨ ਉਸ ਵਕਤ ਦੀ ਉਹਦੀ ਜਿਹੜੀ ਗਵਾਹੀ ਦਿੱਤੀ ਗਈ ਸੀ ਉਹ ਇਸ ਸਾਲ ਤੇ ਬੀਤੇ ਸਾਲ ਯਾਨੀ ਕਿ ਜੁਲਾਈ 2020 ਤੇ ਅਕਤੂਬਰ 2021 ਦੇ ਦੌਰਾਨ ਵੱਖ-ਵੱਖ ਐਸਆਈਟੀ ਜਾਂਚ ਅਧਿਕਾਰੀਆਂ ਅਤੇ ਇਸ ਮਹੀਨੇ ਯਾਨੀ ਕਿ ਅਕਤੂਬਰ 18 ਤੇ 25 ਅਕਤੂਬਰ ਨੂੰ ਜੱਜ ਸਾਹਿਬ ਫਰੀਦਕੋਟ ਦੀ ਅਦਾਲਤ ਦੇ ਸਾਹਮਣੇ ਦਿੱਤੀ ਗਈ ਗਵਾਹੀ ਤੋਂ ਅਲੱਗ ਸੀ ਆਪਣੀ ਇਸ ਕਾਫੀ ਮਹੱਤਵਪੂਰਨ ਗਵਾਹੀ ਦੇ ਵਿੱਚ ਪ੍ਰਦੀਪ ਕੁਮਾਰ ਸ਼ਰਮਾ ਵੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੀ ਉਸ ਗਵਾਹੀ ਦੀ ਤਸਦੀਕ ਕਰਦਾ ਹੈ ਉਸ ਨੂੰ ਕੋਰੋਬੋਰੇਟ ਕਰਦਾ ਹੈ ਇੱਕ ਲਕੂਨਾ ਸੀ ਹਜੇ ਤੱਕ ਬੰਨਿਆ ਜਾ ਰਿਹਾ ਸੀ ਵੀ ਭਵਿੰਦਰਪਾਲ ਬਿੱਟੂ ਤੋਂ ਕਿਸੇ ਦਬਾਹ ਹੇਠ ਵੀ ਜਿਹੜੇ ਬਿਆਨ ਲਏ ਜਾ ਸਕਦੇ ਨੇ ਹਾਲਾਂਕਿ ਅਸੀਂ ਸਮਝਦੇ ਹਾਂ ਵੀ 168 ਦੇ ਪੁਲਿਸ ਕਸਟਡੀ ਦੇ ਜਿਹੜੇ ਬਿਆਨ ਹੁੰਦੇ ਨੇ ਉਹਨਾਂ ਨੂੰ ਹੀ ਦਬਾ ਦੇ ਹੇਠ ਲਿਆ ਗਿਆ ਜਾਂ ਕਬੂਲਵਾਇਆ ਗਿਆ ਬਿਆਨ ਸਮਝਾ ਜਾ ਸਕਦਾ ਹੈ ਲੇਕਿਨ ਇਹ ਨਹੀਂ ਹੁੰਦਾ ਕਈ ਮੌਕਿਆਂ ਦੇ ਉੱਤੇ ਅਦਾਲਤ ਦੇ ਸਾਹਮਣੇ ਵੀ ਜਦੋਂ ਕੋਈ ਮੁਲਜ਼ਮ ਪੇਸ਼ ਹੁੰਦਾ ਹੈ ਉਸ ਵਕਤ ਵੀ ਉਸ ਉੱਤੇ ਦਬਾਅ ਹੋ ਸਕਦਾ ਹੈ ਸੋ ਉਸ ਗਵਾਹੀ ਜੋ ਕਿ ਦਬਾਅ ਦੇ ਤਹਿਤ ਦਿੱਤੀ ਗਈ ਹੋ ਸਕਦੀ ਹੈ ਉਸ ਨੂੰ ਕੋਰੋਬੋਰੇਟ ਕਰਨ ਲਈ ਕੋਈ ਨਾ ਕੋਈ ਸਟੇਟਮੈਂਟ ਜਾਂ ਗਵਾਹੀ ਚਾਹੀਦੀ ਹੁੰਦੀ ਹੈ ਤੇ ਮਹਿੰਦਰਪਾਲ ਸਿੰਘ ਬਿੱਟੂ ਦੇ ਇਸ ਗਵਾਹੀ ਨੂੰ ਕੋਰੋਬ੍ਰੇਟ ਕਰਨ ਲਈ ਹੁਣ ਪ੍ਰਦੀਪ ਕੁਮਾਰ ਸ਼ਰਮਾ ਦੀ ਗਵਾਹੀ ਮੌਜੂਦ ਹੈ ਕਿਉਂਕਿ 18 ਤੇ 25 ਅਕਤੂਬਰ 2021 ਯਾਨੀ ਕਿ ਬੀਤੇ ਹਫਤਿਆਂ ਦੇ ਵਿੱਚ ਹੀ ਮਾਨਯੋਗ ਅਦਾਲਤ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਜੱਜ ਸਾਹਿਬ ਦੇ ਸਾਹਮਣੇ ਇਹਨਾਂ ਬਿਆਨਾਂ ਨੂੰ ਪੱਕੀ ਸ਼ਕਲ ਦੇ ਵਿੱਚ ਦਰਜ ਕਰਾਤਾ ਗਿਆ ਹੈ ਸੋ ਦੋਨੇ ਕਾਫੀ ਅਹਿਮ ਗਵਾਹੀਆਂ ਨੇ ਜੋ ਕਿ ਅਜੇ ਤੱਕ ਪਬਲਿਕ ਡੋਮੇਨ ਦੇ ਵਿੱਚ ਨਹੀਂ ਸਨ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਨਜ਼ਰ ਕਰਾਂ ਮਹਿੰਦਰਪਾਲ ਬਿੱਟੂ ਦੀ ਸਭ ਤੋਂ ਅਹਿਮ ਗਵਾਹੀ ਜਿਸ ਦੇ ਵਿੱਚ ਕੀ ਇੱਕ ਬਹੁਤ ਲੰਬੀ ਚੌੜੀ ਸਾਜ਼ਿਸ਼ ਬੁਰਜਵਾਰ ਸਿੰਘ ਵਾਲਾ ਵਿਖੇ 1 ਜੂਨ 2015 ਨੂੰ ਜੋ ਸ੍ਰੀ ਗੁਰਗੰਨ ਸਾਹਿਬ ਜੀ ਦਾ ਪਵਿੱਤਰ ਸਰੂਪ ਜਿਹੜਾ ਸੀ ਉਸ ਨੂੰ ਚੋਰੀ ਕਿਤੇ ਜਾਣ ਤੋਂ ਲੈ ਕੇ ਬਰਗਾੜੀ ਦੇ ਵਿੱਚ 12 ਅਕਤੂਬਰ ਨੂੰ ਉਹਨਾਂ ਅੰਗਾਂ ਨੂੰ ਖਲਾਰੇ ਜਾਣ ਤੱਕ ਇਸ ਪੂਰੀ ਦੀ ਪੂਰੀ ਸਾਜ਼ਿਸ਼ ਦਾ ਜਿਹੜਾ ਬਿਉਰਾ ਸੀ ਮਹਿੰਦਰਪਾਲ ਬਿੱਟੂ ਨੇ ਦਿੱਤਾ ਸੀ ਬਾਅਦ ਦੇ ਵਿੱਚ ਉਸ ਨੂੰ ਜੇਲ੍ਹ ਵਿੱਚ ਮਾਰਤਾ ਗਿਆ ਉਸ ਤੋਂ ਪਹਿਲਾਂ ਆਪਾਂ ਗੱਲ ਪ੍ਰਦੀਪ ਕੁਮਾਰ ਸ਼ਰਮਾ ਦੇ ਤਾਜ਼ਾ ਬਿਆਨਾਂ ਦੀ ਕਰਾਂਗੇ ਕਿਉਂਕਿ ਇਹੀ ਉਹ ਬਿਆਨ ਆਧਾਰ ਬਣੇ ਨੇ ਵੀ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਜੋ ਕਿ ਇਸ ਕੇਸ ਦੇ ਵਿੱਚ ਨਾਮਜ਼ਦ ਪਿਤੇ ਸਾਲ ਜੁਲਾਈ ਦੇ ਵਿੱਚ ਹੀ ਕਰ ਲਿਆ ਗਿਆ ਸੀ ਉਸ ਤੋਂ ਪੁੱਛਗਿੱਛ ਲਈ ਪੁਲਿਸ ਜਾਂ ਐਸਆਈਟੀ ਉਸਦੇ ਬਿਆਨ ਦਰਜ ਕਰੇ ਚਾਹੇ ਉਹ ਪੁਲਿਸ ਦੀ ਕਸਟਡੀ ਵਿੱਚ ਹੋਣ ਜਾਂ ਫਿਰ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਜਿੱਥੇ ਕਿ ਗੁਰਮੀਤ RAM ਰਹੀਮ ਇਸ ਵਕਤ ਆਪਣੀ ਸਜ਼ਾ ਕੱਟ ਰਿਹਾ ਹੈ ਸੋ ਪ੍ਰਦੀਪ ਕੁਮਾਰ ਸ਼ਰਮਾ ਇਸ ਤੋਂ ਪਹਿਲਾਂ ਕਿ ਮੈਂ ਉਹਦੀ ਗਵਾਹੀ ਦੀ ਗੱਲ ਕਰਾਂ ਮੈਂ ਤੁਹਾਨੂੰ ਦੱਸ ਦਵਾ ਇਸ ਕੇਸ ਦੇ ਵਿੱਚ ਯਾਨੀ ਕਿ ਬੇਦਬੀ ਦੀਆਂ ਤਿੰਨ ਪ੍ਰਮੁੱਖ ਘਟਨਾਵਾਂ 1 ਜੂਨ 2015 ਬੁਰਜਵਾਲ ਸਿੰਘ ਵਾਲਾਂ ਤੋਂ ਸ੍ਰੀ ਗੁਰਗੰਨ ਸਾਹਿਬ ਜੀ ਦੀ ਪਵਿੱਤਰ ਬੀੜ ਦਾ ਚੋਰੀ ਹੋਣਾ 24 ਤੇ 25 ਸਤੰਬਰ 2015 ਬਰਗਾੜੀ ਅਤੇ ਬੁਰਜਵਾਰ ਸਿੰਘ ਵਾਲਾ ਵਿਖੇ ਪੋਸਟਰ ਲਾਗਣਾ ਜਿਸ ਵਿੱਚ ਕੀ ਗੁਰੂ ਸਾਹਿਬ ਪ੍ਰਤੀ ਅਪਸ਼ਬਦ ਬੋਲੇ ਗਏ ਹੁੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਨੂੰ ਫਾੜਨ ਦੀ ਤੇ ਉਹਨਾਂ ਦੇ ਅੰਗ ਨੂੰ ਖਿਲਾਰਨ ਦੀ ਜਿਹੜੀ ਚੇਤਾਵਨੀ ਹੈ ਉਹ ਦਿੱਤੀ ਗਈ ਹੁੰਦੀ ਹੈ ਤੇ ਤੀਸਰਾ ਕੇਸ ਸੀ ਬਰਗਾੜੀ ਦਾ 12 ਅਕਤੂਬਰ ਦੀ ਉਹ ਐਫਆਈਆਰ ਜਿਸ ਤਹਿਤ ਕੀ ਅੰਗ ਖਿਲਾਰੇ ਗਏ ਹੈਗੇ ਨੇ ਬਰਗਾੜੀ ਦੇ ਵਿੱਚ ਉਸ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਜੋ ਕਿ 3 3.5 ਮਹੀਨੇ ਪਹਿਲਾਂ ਬੁਰਜ ਬਾਰਸਿੰਗ ਵਾਲਾ ਤੋਂ ਚੱਕਿਆ ਗਿਆ ਸੀ ਸੋ ਇੱਕ ਪੂਰੀ ਲੜੀ ਸੀ ਇੱਕ ਸੀਰੀਜ਼ ਆਫ ਇਵੈਂਟ ਚੇਨ ਆਫ ਇਵੈਂਟਸ ਇੱਕ ਟ੍ਰੇਲ ਸੀ ਜਿਸ ਨੂੰ ਕਿ ਪੁਲਿਸ ਨੇ ਰਣਵੀਰ ਸਿੰਘ ਖੱਟੜਾ ਦੀ ਸਿੱਟ ਨੇ ਐਸਟੈਬਲਿਸ਼ ਕੀਤਾ ਤੇ ਹੁਣ ਐਸਪੀਐਸ ਪਰਮਾਰ ਉਹਨਾਂ ਦੀ ਜਿਹੜੀ ਸਿੱਟ ਹੈ ਇਸ ਉੱਤੇ ਕੰਮ ਕਰ ਰਹੀ ਹੈ ਲੇਕਿਨ ਸਬੂਤ ਕਿੱਥੇ ਨੇ ਇਹ ਵੱਡਾ ਸਵਾਲ ਸੀ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਪਵਿੱਤਰ ਬੀੜ ਦੇ ਜਿਹੜੇ ਪੱਤਰੇ ਜਿਨ੍ਹਾਂ ਨੂੰ ਖਿਲਾਰਿਆ ਗਿਆ ਸੀ ਉਹਨਾਂ ਨੂੰ ਅਗਨ ਪੇਂਟ ਕਰਤਾ ਗਿਆ ਸੀ ਉਹਨਾਂ ਦਾ ਸੰਸਕਾਰ ਕਰਤਾ ਗਿਆ ਸੀ ਇਸੇ ਬੀੜ ਦਾ ਇੱਕ ਹਿੱਸਾ ਜਿਹੜਾ ਸੀ ਉਹ ਮਹਿੰਦਰਪਾਲ ਸਿੰਘ ਬਿੱਟੂ ਦੀ ਕਸਟਡੀ ਵਿੱਚ ਸੀ ਜਿਸ ਨੂੰ ਕਿ ਬਾਅਦ ਦੇ ਵਿੱਚ ਉਸਨੇ ਕੱਟ ਕੇ ਸਥਾਨਕ ਜਿਹੜਾ ਡਰੇਨ ਸੀ ਉਸ ਵਿੱਚ ਡਿਸਪੋਜ਼ ਆਫ ਕੀਤਾ ਸੋ ਇਹ ਗੱਲਾਂ ਮਾਤਾ ਮਹਿੰਦਰਪਾਲ ਸਿੰਘ ਬਿੱਟੂ ਦੇ ਹੀ ਬਿਆਨਾਂ ਦੇ ਵਿੱਚ ਸਾਹਮਣੇ ਆਈਆਂ ਨੇ ਇਸ ਤੋਂ ਵੀ ਪਹਿਲਾਂ ਨਜ਼ਰ ਪਾ ਲੈਣਾ ਵੀ ਪੂਰੀ ਦੀ ਪੂਰੀ ਬੇਦਬਿਨਿਆ ਘਟਨਾਵਾ ਪਿੱਛੇ ਜਿਹੜੇ ਮੇਨ ਅਕਿਊਜ਼ ਸਨ ਉਹ ਕੌਣ ਸਨ ਉਸ ਦੇ ਵਿੱਚ ਹਰਸ਼ ਤੁਰੀ ਗੁਰਮੀਤ ਰਾਮ ਰਹੀਮ ਸੰਦੀਪ ਬਰੇਟਾ ਪ੍ਰਦੀਪ ਕਲੇਰ ਤੇ ਮਹਿੰਦਰਪਾਲ ਸਿੰਘ ਬਿੱਟੂ ਜਿਸ ਦੀ ਮੌਤ ਹੋ ਚੁੱਕੀ ਹੈ ਇਹ ਪ੍ਰਮੁਖ ਸਨ ਸਥਾਨਕ ਪੱਧਰ ਉੱਤੇ ਇਸ ਵਾਰਦਾਤ ਨੂੰ ਅੰਜਾਮ ਕਰਨ ਦੇ ਵਿੱਚ ਸੁਖਜਿੰਦਰ ਸੰਨੀ ਰਣਦੀਪ ਨੀਲਾ ਅਤੇ ਇਹਨਾਂ ਦੇ ਨਾਲ-ਨਾਲ ਇੱਕ ਹੋਰ ਸ਼ਖਸ ਸ਼ਕਤੀ ਸਿੰਘ ਦਾ ਅਹਿਮ ਰੋਲ ਸੀ ਇਹਨਾਂ ਤੋਂ ਇਲਾਵਾ ਰਣਜੀਤ ਨਿਸ਼ਾਨ ਸਿੰਘ ਨਰਿੰਦਰ ਸ਼ਰਮਾ ਕੁਝ ਹੋਰ ਲੋਕ ਸਨ ਜੋ ਕਿ ਇਸ ਕੇਸ ਦੇ ਵਿੱਚ ਅਕਿਊਜ਼ ਸਨ ਇਹਨਾਂ ਚੋਂ ਜ਼ਿਆਦਾਤਰ ਲੋਕ ਜੇਲ੍ਹ ਦੇ ਵਿੱਚ ਨੇ ਲੇਕਿਨ ਕੁਝ ਨੂੰ ਜ਼ਮਾਨਤਾ ਮਿਲ ਚੁੱਕੀਆਂ ਨੇ ਲੇਕਿਨ ਅੱਜ ਆਪਾਂ ਗੱਲ ਕਰਾਂਗੇ ਪ੍ਰਦੀਪ ਕੁਮਾਰ ਸ਼ਰਮਾ ਦੇ ਉਸ ਬਿਆਨ ਦਾ ਜੋ ਕਿ ਮੁੱਖ ਆਧਾਰ ਬਣਿਆ ਹੈ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਦਾ ਪੰਜਾਬ ਦੀ ਐਸਆਈਟੀ ਤੋਂ ਪੁੱਛਗਿੱਛ ਦਾ ਇਸ ਕੇਸ ਦੇ ਵਿੱਚ ਹਰਸ਼ ਤੂਰੀ ਪ੍ਰਦੀਪ ਕਲੇਰ ਸੰਦੀਪ ਬਰੇਟਾ ਇਹ ਸਾਰੇ ਲੋਕ ਐਬਸਕਾਉਂਟਿੰਗ ਨੇ ਅਜ ਤੱਕ ਗ੍ਰਿਫਤ ਦੇ ਵਿੱਚ ਨਹੀਂ ਆ पाए। ਮਹਿੰਦਰਪਾਲ ਸਿੰਘ ਬਿੱਟੂ ਮਾਰ ਚੁੱਕਾ ਹੈ ਤੇ ਰਹਿ ਗਿਆ ਕੱਲਾ ਗੁਰਮੀਤ ਰਾਮ ਰਹੀਮ। ਇਸ ਤੋਂ ਇਲਾਵਾ ਥਰੜੇ ਲੈਵਲ ਦੇ ਆਪਰੇਟਿਵ ਨੇ ਜੋ ਕਿ ਇਹ ਨਹੀਂ ਦੱਸ ਸਕਦੇ ਵੀ ਉਹਨਾਂ ਨੂੰ ਉੱਤੋਂ ਕਮਾਂਡ ਕਿੱਥੋਂ ਮਿਲੀ ਸੀ ਕਿਉਂਕਿ ਹੱਟਰੇ ਲੋਕ ਜਿਨ੍ਹਾਂ ਨੇ ਕਿ ਇਹ ਕਰਤੂਤ ਜਾਂ ਸਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਨਿਰਦੇਸ਼ ਮਹਿੰਦਰਪਾਲ ਬਿੱਟੂ ਦੇ ਰਿਹਾ ਸੀ ਤੇ ਮਹਿੰਦਰਪਾਲ ਬਿੱਟੂ ਦੀ ਗੱਲ ਇਹ ਸਾਰੇ ਲੋਕਾਂ ਦੇ ਨਾਲ ਬਰੇਟਾ ਪ੍ਰਦੀਪ ਕਲੇਰ ਹਰਸ਼ ਤੂਰੀ ਦੇ ਨਾਲ ਹੋ ਰਹੀ ਸੀ। ਜੋ ਕਿ ਕਿਤਨਾ ਕਿਤੇ ਗੁਰਮੀਤ ਰਾਮ ਰਹੀਮ ਤੋਂ ਹੀ ਕੁੰ ਫਿਰਕੇ ਸਾਹਮਣੇ ਆਂਦੀ ਹੈ ਸੋ ਸਭ ਤੋਂ ਪਹਿਲਾਂ 3 ਜੁਲਾਈ 2020 ਦੀ ਗੱਲ ਕਰਾਂਗੇ ਇਸ ਦਿਨ ਪ੍ਰਦੀਪ ਕੁਮਾਰ ਸ਼ਰਮਾ ਵੱਲੋਂ ਪੰਜਾਬ ਦੀ ਰਣਵੀਰ ਸਿੰਘ ਖੱਟੜਾ ਦੀ ਸਿੱਟ ਅੱਗੇ ਇੱਕ ਬਿਆਨ ਦਰਜ ਕਰਾਇਆ ਜਾਂਦਾ ਹੈ 3 ਜੁਲਾਈ ਦੇ ਇਸ ਬਿਆਨ ਤੋਂ ਬਾਅਦ 2 ਦਿਨ ਬਾਅਦ 6 ਜੁਲਾਈ 2020 ਨੂੰ ਇਸੇ ਦਾ ਇੱਕ ਸਪਲੀਮੈਂਟਰੀ ਸਟੇਟਮੈਂਟ ਦਰਜ ਕਰਾਈ ਜਾਂਦੀ ਹੈ ਇਹ ਦੋਵੇਂ ਬਿਆਨ ਕਾਫੀ ਮੁੱਖ ਨੇ ਕਿਉਂਕਿ ਬਾਅਦ ਦੇ ਵਿੱਚ ਇਸੇ ਸਾਲ ਯਾਨੀ ਕਿ ਇਸੇ ਮਹੀਨੇ 18 ਅਕਤੂਬਰ ਅਤੇ 25 ਅਕਤੂਬਰ ਨੂੰ ਇਹਨਾਂ ਬਿਆਨਾਂ ਨੂੰ ਮਾਨਯੋਗ ਅਦਾਲਤ ਫਰੀਦਕੋਟ ਦੀ ਅਦਾਲਤ ਦੇ ਸਾਹਮਣੇ ਵੀ ਪ੍ਰਦੀਪ ਕੁਮਾਰ ਸ਼ਰਮਾ ਵੱਲੋਂ ਦਰਜ ਕਰਾਇਆ ਗਿਆ ਹੈ। ਇਹ ਪ੍ਰਦੀਪ ਕੁਮਾਰ ਸ਼ਰਮਾ ਉਸ ਪ੍ਰਦੀਪ ਕਲੇਰ ਨਾਲੋਂ ਅਲੱਗ ਹੈ ਜੋ ਕਿ ਇਸ ਵਕਤ ਐਬਸਕੌਂਡਿੰਗ ਹੈ। ਸੋ ਸੁਣਾਨੇ ਪ੍ਰਦੀਪ ਕੁਮਾਰ ਸ਼ਰਮਾ ਨੇ ਆਪਣੇ ਬਿਆਨ ਵਿੱਚ ਕੀ ਗੱਲ ਕਹੀ ਹੈ? ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਿਆਨ ਕੀਤਾ ਹੈ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ। ਇਸ ਦਾ ਪਤਾ ਦੱਸਿਆ ਜਾਂਦਾ ਹੈ ਬੁਰਜਵਾਰ ਸਿੰਘ ਵਾਲਾ। ਉਮਰ ਤਕਰੀਬਨ 33 ਸਾਲ ਦੱਸੀ ਜਾਂਦੀ ਹੈ। ਇਹਦਾ ਕਹਿਣਾ ਹੈ ਕਿ ਮੈਂ ਬੁਰਜਵਾਲ ਸਿੰਘ ਵਾਲਾ ਦਾ ਰਹਿਣ ਵਾਲਾ ਹਾਂ ਤੇ ਮੋਗਾ ਵਿਖੇ ਪੈਟਰੋਲ ਪੰਪ ਤੇ ਲੱਗਿਆ ਹੋਇਆ ਹਾਂ ਸਾਡਾ ਪਰਿਵਾਰ ਪ੍ਰੇਮੀ ਹੈ ਅਤੇ ਮੈਂ ਪਿੰਡ ਦਾ ਪੰਗੀ ਦਾਸ ਰਿਹਾ ਹਾਂ ਸਾਲ 2015 ਨੂੰ ਸਾਡੇ ਪਿੰਡ ਹਰਜਿੰਦਰ ਸਿੰਘ ਮਾਂਜੀ ਦੇ ਦੀਵਾਨ ਲੱਗਣੇ ਸਨ ਜਿਸ ਦਾ ਅਸੀਂ ਪ੍ਰੇਮੀ ਵਿਰੋਧ ਕਰਦੇ ਸੀ ਕਿਉਂਕਿ ਹਰਜਿੰਦਰ ਮਾਂਜੀ ਦੀਵਾਨਾ ਵਿੱਚ ਪ੍ਰੇਮੀਆਂ ਦੇ ਖਿਲਾਫ ਕਾਫੀ ਬੋਲਦੇ ਸੀ ਜਦ ਦੀਵਾਨ ਲੱਗਣੇ ਤੈ ਹੋਏ ਤਾਂ ਮੈਂ ਗੁਰਦੇਵ ਸਿੰਘ ਸੁਖਦੇਵ ਸਿੰਘ ਜਟਾਣਾ ਆਦ ਪ੍ਰੇਮੀ ਇਕੱਠੇ ਹੋ ਕੇ دیਵਾਨਾ ਦਾ ਵਿਰੋਧ ਕਰਦੇ ਹੋਏ ਸਾਡੇ ਪ੍ਰੇਮੀਆ ਦੀ 25 ਮੈਂਬਰੀ ਕਮੇਟੀ ਦੇ ਮੈਂਬਰ ਗੋਪਾਲ ਕ੍ਰਿਸ਼ਨ ਵਾਸੀ ਬਰਗਾੜੀ ਪਾਸ ਗਏ ਜਿਸ ਨੇ ਸਾਨੂੰ ਬਾਜ ਥਾਣਾ ਬਾਜਾ ਥਾਣਾ ਵਿਖੇ ਇਤਲਾ ਦੇਣ ਲਈ ਪੇਜ ਦਿੱਤਾ ਤੇ ਅਸੀਂ ਥਾਣਾ ਬਾਜਾ ਖਾਨਾ ਵਿਖੇ ਇਤਲਾ ਦੇ ਦਿੱਤੀ ਕਿ ਹਰਜਿੰਦਰ ਮਾਂਜੀ ਦੇ دیਵਾਨ ਨਹੀਂ ਲੱਗਣੇ ਚਾਹੀਦੇ ਕਿਉਂਕਿ ਉਹ ਸਾਡੇ ਪਿਤਾ ਸੰਤ ਗੁਰਮੀਤ RAM ਰਹੀਮ ਦੇ ਖਿਲਾਫ ਪੱਦੀ ਸ਼ਰਦਾਬਲੀ ਦੀ ਵਰਤੋਂ ਕਰਦਾ ਹੈ ਬਾਜਾਖਾਨਾ ਪੁਲਿਸ ਨੇ ਉਸੇ ਦਿਨ ਮੌਕੇ ਪਰ ਆ ਕੇ ਦੋਵਾਂ ਧਿਰਾਂ ਦੇ ਸੂਲਾ ਸਫਾਈ ਕਰਾ ਦਿੱਤੀ ਅਤੇ ਗੁਰਦੁਆਰਾ ਕਮੇਟੀ ਨੇ ਜ਼ਿੰਮੇਵਾਰੀ ਲਈ ਕਿ ਭਾਈ ਹਰਜਿੰਦਰ माजी ਦਿਵਾਨਾ ਦੌਰਾਨ ਡੇਰਾ ਸਰਸਾ ਤੇ ਸੰਤ ਗੁਰਮੀਤ RAM ਰਹੀਮ ਖਿਲਾਫ ਕੁਝ ਵੀ ਨਹੀਂ ਬੋਲਣਗੇ ਜਿਸ ਉਤੇ ਦੋਨੋਂ ਧਿਰਾਂ ਰਾਜ਼ੀ ਹੋ ਗਈਆਂ ਅਤੇ ਮਿਤੀ 23 2015 ਯਾਨੀ ਕਿ 20 ਮਾਰਚ 2015 ਤੋਂ ਲੈ ਕੇ 22 ਮਾਰਚ 2015 ਤੱਕ ਸ਼ਾਮ 7 ਤੋਂ ਰਾਤ 10 ਵਜੇ ਤੱਕ ਹਰਜਿੰਦਰ माजी ਦੇ ਦਿਵਾਨ ਲੱਗਣੇ ਸ਼ੁਰੂ ਹੋ ਗਏ ਜਿਸ ਵਿੱਚ ਨੇੜੇ ਦੇ ਪਿੰਡਾਂ ਦੀ ਸੰਗਤਾਂ ਵੀ ਆਉਣ ਲੱਗੀਆਂ ਦੇਵਾਨਾ ਦੇ ਆਖਰੀ ਦਿਨ ਹਰਜਿੰਦਰ ਮਾਨ ਜੀ ਨੇ ਦੇਵਾਨ ਸ਼ੁਰੂ ਕਰਨ ਵਕਤ ਹੀ ਸਿੱਖੀ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਕਿ ਸੰਗਤ ਵਿੱਚ ਉਹੀ ਗੁਰੂ ਦੇ ਸਿੱਖ ਬੈਠਣ ਜੋ ਕੋਈ ਤਾਗਾ ਤਵੀਤ ਜਾਂ ਲੋਕਟ ਨਹੀਂ ਪਾਏ ਹੋਏ ਹਨ ਜੋ ਸੱਚੇ ਸਿੱਖ ਨਹੀਂ ਉਹ ਇਸ ਦੇਵਾਨ ਨੂੰ ਛੱਡ ਕੇ ਚਲੇ ਜਾਂ ਜਿਸ ਕਰਕੇ ਕੁਝ ਕੁ ਲੋਕਾਂ ਨੇ ਆਪਣੇ ਗਲਾਂ ਵਿੱਚੋਂ ਪਾਏ ਡੇਰਾ ਸੱਚਾ ਸੌਦਾ ਦੇ ਲੋਕਟ ਲਾ ਕੇ ਗੋਲਕ ਪਾਸ ਰੱਖ ਦਿੱਤੇ ਅਤੇ ਕੁਝ ਹੋਰ ਵਿਅਕਤੀਆਂ ਨੇ ਪ੍ਰਭਾਵਿਤ ਹੋ ਕੇ ਲੋਕਟ ਦਰਿਆਾਂ ਦੇ ਥੱਲੇ ਛੁਪਾ ਦਿੱਤੇ ਜੋ ਇਸ ਗੱਲ ਦਾ ਸਾਰੇ ਪ੍ਰੇਮੀਆਂ ਨੂੰ ਬਹੁਤ ਦੁੱਖ ਲੱਗਾ ਜਿਸ ਤੋਂ ਬਾਅਦ ਮੈਂ ਗੁਰਦੇਵ ਸਿੰਘ ਪ੍ਰੇਮੀ ਅਤੇ ਸੁਖਦੇਵ ਸਿੰਘ ਜਟਾਣਾ ਪ੍ਰੇਮੀਆਂ ਦੇ ਬਰਗਾੜੀ ਬਲੌਕ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਪਾਸ ਬਰਗਾੜੀ ਜਾ ਕੇ ਸਾਰੀ ਗੱਲਬਾਤ ਦੱਸੀ ਜਿਸ ਨੇ ਸਾਡੀ ਗੱਲ ਸੁਣ ਕੇ ਕਿਹਾ ਕਿ ਇਹ ਕੰਮ ਮੇਰੇ ਵਾਸਤਾ ਨਹੀਂ ਆਪਾਂ ਇਸ ਸਬੰਧੀ ਮਹਿੰਦਰਪਾਲ ਬਿੱਟੂ ਨੂੰ ਕੋਟਕਪੂਰੇ ਜਾ ਕੇ ਮਿਲਦੇ ਹਾਂ ਤਾਂ ਅਸੀਂ ਸਾਰੇ ਡੇਰਾ ਸੱਚਾ ਸੌਦਾ ਕੋਟਕਪੂਰਾ ਵਿਖੇ ਮਹਿੰਦਰਪਾਲ ਬਿੱਟੂ ਨੂੰ ਜਾ ਕੇ ਮਿਲੇ ਤੇ ਦਿਵਾਨਾ ਵਿੱਚ ਹਰਜਿੰਦਰ ਸਿੰਘ माजी ਵੱਲੋਂ ਦਿਵਾਨਾ ਵਿੱਚ ਡੇਰਾ ਪ੍ਰੇਮਿਆ ਦੇ ਖਿਲਾਫ ਬੋਲਣ ਅਤੇ ਲੋਕਟ ਲੁਹਾਨ ਬਾਰੇ ਸਾਰੀ ਸਥਿਤੀ ਗਿਆ ਗੱਲਬਾਤ ਦੱਸੀ ਜਿਸ ਨੇ ਸਾਡੀ ਸਾਰੀ ਗੱਲਬਾਤ ਸੁਣ ਕੇ ਸਾਡੇ ਸਾਹਮਣੇ ਹੀ ਹਰਸ਼ ਤੂਰੀ ਪ੍ਰਦੀਪ ਕਲੇਰ ਸੰਦੀਪ ਬਰੇਟਾ ਵਗੈਰਾ ਜੋ ਸਾਡੇ ਡੇਰੇ ਦੇ ਨੈਸ਼ਨਲ ਕਮੇਟੀ ਦੇ ਮੈਂਬਰ ਹਨ ਨਾਲ ਗੱਲਬਾਤ ਕਰਕੇ ਸਾਡੇ ਨਾਲ ਹੋਏ ਤੱਕੇ ਅਤੇ ਸਾਡੇ ਪਿਤਾ ਦੇ ਇਸ ਲੋਕਟ ਦੀ ਹੋਈ ਬੇਇੱਜ਼ਤੀ ਬਾਰੇ ਦੱਸਿਆ ਤਾਂ ਉਹਨਾਂ ਮਹਿੰਦਰਪਾਲ ਬਿੱਟ ਨੂੰ ਇਹ ਗੱਲ ਕਹੀ ਜਿਵੇਂ ਅੱਗੇ ਥੋੜੀ ਜਿਹੀ ਮੰਦੀ ਸ਼ਬਦਾਬਲੀ ਵਰਤੀ ਗਈ ਹੈ ਸਿੱਖਾਂ ਪ੍ਰਤੀ ਜਿਵੇਂ ਸਿੱਖਾਂ ਨੇ ਸਾਡੇ ਪਿਤਾ ਜੀ ਦੀ ਨਿਸ਼ਾਨੀ ਨੂੰ ਮਿੱਟੀ ਵਿੱਚ ਰੋਲਿਆ ਹੈ ਉਸੇ ਤਰ੍ਹਾਂ ਇਹਨਾਂ ਦੇ ਗੁਰੂ ਨੂੰ ਵੀ ਰੋਲ ਦਿਓ ਤੇ ਆਪਾਂ ਪਿੰਡ ਬੁਰਜ ਜਵਾਰ ਸਿੰਘ ਵਾਲਾ ਵਿੱਚ ਹੀ ਆਪਣੇ ਗੁਰੂ ਦੀ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਹੈ ਅਸੀਂ ਸਾਰੀ ਗੱਲਬਾਤ ਕਰਕੇ ਵਾਪਸ ਘਰ ਆ ਗਏ ਉਸ ਤੋਂ ਬਾਅਦ ਮੈਂ ਡੇਰਾ ਵਿਖੇ ਜਦੋਂ ਐਮਐਸਜੀ 2 ਰਿਲੀਜ਼ ਹੋਈ ਤਾਂ ਕੋਟ ਕੋ ਪੂਰਾ ਡੇਰਾ ਸੱਚਾ ਸੌਦਾ सिरसा ਵੱਲੋਂ ਤਿਆਰ ਕੀਤੇ ਜਾ ਰਹੇ ਸ਼ਾਪਿੰਗ ਮਾਲ ਉੱਤੇ ਡਿਊਟੀ ਕਰਦਾ ਸੀ ਜਿੱਥੇ ਮੈਨੂੰ ਸੁਖਜਿੰਦਰ ਸਿੰਘ ਉਰਫ ਸਨੀ ਰਣਦੀਪ ਸਿੰਘ ਉਰਫ ਨੀਲਾ ਸ਼ਕਤੀ ਸਿੰਘ ਜੋ ਬਿੱਟੂ ਦੇ ਖਾਸ ਬੰਦੇ ਹਨ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਬੁਰਜਵਾਰ ਸਿੰਘ ਵਾਲੇ ਪ੍ਰੇਮੀਆ ਤੋਤਾ ਕੁਝ ਨਹੀਂ ਹੋਇਆ ਪਰ ਅਸੀਂ ਆਪਣੇ ਪਿਤਾ ਦੀ लाज ਰੱਖੀ ਹੈ ਸਾਡੇ ਪਿਤਾ ਜੀ ਦੀ ਬੁਰਜਵਾਰ ਸਿੰਘ ਵਾਲੇ دیਵਾਨਾ ਵਿੱਚ ਹੋਈ ਬੇਇੱਜ਼ਤੀ ਦਾ ਬਦਲਾ ਅਸੀਂ ਉਸ ਪਿੰਡ ਦੇ ਗੁਰਦੁਆਰੇ ਵਿੱਚੋਂ ਉਹਨਾਂ ਸਿੱਖਾਂ ਦਾ ਗ੍ਰੰਥ ਚੋਰੀ ਕਰਕੇ ਇਹਨਾਂ ਨੂੰ ਚੈਲੰਜ ਕਰਨ ਵਾਲੇ ਪੋਸਟਰ ਲਗਾ ਕੇ ਅਤੇ ਇਹਨਾਂ ਦੇ ਗੁਰੂ ਦੇ ਪੰਨੇ ਪਾੜ ਕੇ ਗਲੀਆਂ ਵਿੱਚ ਰੋਲ ਕੇ ਬਦਲਾ ਲੈ ਲਿਆ ਹੈ ਇਸ ਸੰਬੰਧੀ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕਾ ਹਾਂ ਅੱਜ ਵੀ ਮੈਂ ਆਪਾਸ ਸਭ ਕੁਝ ਦੱਸ ਰਿਹਾ ਹਾਂ ਆਪਨੇ ਮੇਰਾ ਬਿਆਨ ਲਿਖਿਆ ਹੈ ਤੇ ਮੈਂ ਪੜ੍ਹ ਲਿਆ ਹੈ ਸੋ ਇਹ ਬਿਆਨ ਸੀ ਜੋ ਕਿ ਪ੍ਰਦੀਪ ਕੁਮਾਰ ਸ਼ਰਮਾ ਨੇ 3 ਜੁਲਾਈ 2020 ਨੂੰ ਜਦੋਂ ਕਿ ਐਸਐਟਸ ਮਾਮਲੇ ਦੇ ਵਿੱਚ ਨਵੇਂ ਸਥਿਰੇ ਤੋਂ ਗ੍ਰਿਫਤਾਰੀਆਂ ਕਰਦੀਆਂ ਕਿਉਂਕਿ ਮਾਮਲਾ ਕਾਫੀ ਦੇਰ ਤੋਂ ਆਪ ਹੰਬਲਪੂਰ ਸੇ ਚਪਿਆ ਰਿਹਾ ਸੀਬੀਆਈ ਕੋਲ ਇਸ ਮਾਮਲੇ ਦੀ ਜਾਂਚ ਸੀ ਸੀਬੀਏ ਨੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਸੀ ਲੇਕਿਨ ਜਿਵੇਂ ਕੇਸ ਦੇ ਵਿੱਚ ਕਾਨੂੰਨੀ ਸਥਿਤੀ ਸਪਸ਼ਟ ਹੋਈ ਤਾਂ ਰਣਬੀਰ ਸਿੰਘwidehatna ਦੀ ਸਿੱਟ ਨੇ ਇਸ ਕੇਸ ਨੂੰ ਆਪਣੇ ਹੱਥ ਵਿੱਚ ਲਿਆ ਇਹ ਲੋਕਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਜਿਹੜਾ ਬਿਆਨ ਦਰਜ ਕੀਤਾ ਗਿਆ ਇਸ ਤੋਂ 3 ਦਿਨ ਬਾਅਦ ਇਹ ਜਿਹੜਾ ਇੰਚਾਰਜ ਜਿਹੜੇ ਸੀਗੇ ਐਸਆਈਟੀ ਦੇ ਮੈਂਬਰ ਦਲਬੀਰ ਸਿੰਘ ਉਹਨਾਂ ਦੀ ਤਸਦੀਕ ਹੈਗੇ ਨੇ ਤੇ ਸਰਟੀਫਾਈਡ ਕਾਪੀ ਮੈਂ ਤੁਹਾਡੇ ਸਾਹਮਣੇ ਦਿਖਾਈ ਹੈ। ਇਸ ਤੋਂ 3 ਦਿਨ ਬਾਅਦ 6 ਜੁਲਾਈ 2020 ਨੂੰ ਹੀ ਇੱਕ ਹੋਰ ਬਿਆਨ ਜਿਹੜਾ ਸੀ ਪ੍ਰਦੀਪ ਕੁਮਾਰ ਸ਼ਰਮਾ ਨੇ ਐਡ ਕੀਤਾ। ਇਹ ਜ਼ਿਆਦਾ ਮਹੱਤਵਪੂਰਨ ਬਿਆਨ ਹੈ ਕਿਉਂਕਿ ਪਹਿਲੇ ਬਿਆਨ ਦੇ ਵਿੱਚ ਗੁਰਮੀਤ RAM ਰਹੀਮ ਦਾ ਨਾਮ ਨਹੀਂ ਸੀ ਆਇਆ। ਸੋ ਦੂਸਰੇ ਬਿਆਨ ਦੇ ਵਿੱਚ ਕੀ ਹੈ ਆਪਾਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਉਹੀ ਸ਼ਖਸ ਪ੍ਰਦੀਪ ਕੁਮਾਰ ਸ਼ਰਮਾ ਦੁਬਾਰਾ ਉਸੀ ਸਿੱਟ ਦੇ ਮੈਂਬਰ ਦਲਬੀਰ ਸਿੰਘ ਦੇ ਸਾਹਮਣੇ ਬਿਆਨ ਦਿੰਦਾ ਇਸ ਵਿੱਚ ਉਹ ਕਹਿੰਦਾ ਵੀ ਬਿਆਨ ਕੀਤਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਮੈਂ ਆਪ ਪਾਸ ਪਹਿਲਾ ਮਿਤੀ 3/7/2020 ਨੂੰ ਆਪਣਾ ਬਿਆਨ ਲਿਖਵਾ ਚੁੱਕਾ ਹਾਂ ਜੋ ਉਸ ਦਿਨ ਮੈਂ ਇਹ ਗੱਲ ਦੱਸਣੀ ਭੁੱਲ ਗਿਆ ਕਿ ਜੋ ਸਾਡੇ ਪਿੰਡ ਬੁਰਜਵਾਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਵਿੱਚੋਂ ਡੇਰਾ ਪ੍ਰੇਮੀਆ ਵੱਲੋਂ ਮਿਤੀ 1.6.2015 ਨੂੰ ਸ੍ਰੀ ਗੁਰਗੰਨ ਸਾਹਿਬ ਜੀ ਦਾ ਪਵਿੱਤਰ ਸਰੂਪ ਪਾਵਨ ਸਰੂਪ ਚੋਰੀ ਕਰਕੇ ਉਸਦੇ ਅੰਗ ਬਰਗਾੜੀ ਵਿੱਚ ਖਿਲਾਰ ਕੇ ਬੇਦਬੀ ਕੀਤੀ ਸੀ। ਦਰਸਲ ਇਸ ਕਹਾਣੀ ਪਿੱਛੇ ਡੇਰਾ ਸੱਚਾ ਸੌਦਾ ਦੇ ਉਸ ਸਮੇਂ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਹੱਥ ਹੈ ਕਿਉਂਕਿ ਜਦੋਂ ਵੀ ਮੈਂ ਮਹਿੰਦਰਪਾਲ ਬਿੱਟੂ ਨੂੰ ਨਾਮ ਚਰਚਾ ਕਾਰਕੋਟ ਕਪੂਰਾ ਵਿੱਚ ਮਿਲਦਾ ਸੀ ਤਾਂ ਉਦੋਂ ਬਿੱਟੂ ਇਹੀ ਗੱਲ ਕਰਦਾ ਸੀ ਕਿ ਤੁਹਾਡੇ ਪਿੰਡ ਮਾਜੀ ਦੇ ਦੀਵਾਨ ਵਿੱਚ ਸਾਡੇ ਪਿਤਾ ਦੇ ਨਾਮ ਅਤੇ ਨਿਸ਼ਾਨੀਆਂ ਨੂੰ ਮਿੱਟੀ ਵਿੱਚ ਰੋਲਿਆ ਹੈ। ਅਸੀਂ ਵੀ ਸਿੱਖਾਂ ਦੇ ਗੁਰੂ ਦੇ ਅੰਗ ਪਿੰਡ ਬੁਰਜਵਾਰ ਸਿੰਘ ਵਾਲਾ ਵਿੱਚ ਹੀ ਰੋਲ ਕੇ ਪਿਤਾ ਦੇ ਨਾਮ ਅਤੇ ਉਹਨਾਂ ਦੀਆਂ ਨਿਸ਼ਾਨੀਆਂ ਦੀ ਹੋਈ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਵਾਂਗੇ ਜੋ ਮਹਿੰਦਰਪਾਲ ਬਿੱਟੂ ਜੋ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਵੀ ਸੀ ਉਹ ਕੰਮ ਕਰਨ ਲਈ ਕਹਿੰਦਾ ਸੀ ਉਹ ਹੁਕਮ ਡੇਰਾ ਮੁਖੀ ਗੁਰਮੀਤ RAM ਰਹੀਮ ਦਾਹੀ ਹੁੰਦਾ ਸੀ ਗੁਰਮੀਤ RAM ਰਹੀਮ ਦੇ ਕਹਿਣ ਤੇ ਹੀ ਉਸ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾਡੇ ਪਿੰਡ ਬੁਰਜਵਾਰ ਸਿੰਘ ਵਾਲਾ ਤੋਂ ਚੋਰੀ ਕਰਕੇ ਗੁਰੂ ਸਾਹਿਬ ਦੀ ਬੇਦਬੀ ਕੀਤੀ ਮਹਿੰਦਰਪਾਲ ਬਿੱਟੂ ਨੇ ਮੇਰੇ ਸਾਹਮਣੇ ਵੀ ਫੋਨ ਉੱਤੇ ਗੱਲ ਕੀਤੀ ਅਤੇ ਕਿਹਾ ਕਿ ਮੈਂ ਪਿਤਾ ਜੀ ਗੁਰਮੀਤ RAM ਰਹੀਮ ਨਾਲ ਗੱਲ ਕਰ ਲਈ ਹੈ ਜਿਸ ਨੇ ਕਿਹਾ ਹੈ ਕਿ ਜਿਵੇਂ ਇਨਾ ਸਿੱਖਾਂ ਨੇ ਮੇਰਾ ਨਾਮ ਅਤੇ ਮੇਰੀ ਨਿਸ਼ਾਨੀ ਮਿੱਟੀ ਵਿੱਚ ਰੋਲੀ ਹੈ ਉਸੇ ਤਰ੍ਹਾਂ ਇਹਨਾਂ ਦੇ ਗ੍ਰੰਥ ਸਾਹਿਬ ਨੂੰ ਵੀ ਮਿੱਟੀ ਵਿੱਚ ਮਿਲਾ ਦਿਓ ਤਾਂ ਜੋ ਇਹਨਾ ਅੱਗੇ ਕੁਝ ਮੰਦੀ ਸ਼ਰਦਾਬ ਲਈ ਹੈ ਨੂੰ ਸਬਕ ਮਿਲ ਜਾਵੇ ਅੱਗੇ ਲਿਖਦਾ ਜੋ ਇਸ ਕੰਮ ਦਾ ਅਸਲ ਦੋਸ਼ੀ ਡੇਰਾ सिरसा ਦਾ ਮੁਖੀ ਗੁਰਮੀਤ ਆਰਾਮ ਰਹੀਮ ਹੈ ਜਿਸ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਉਸ ਤੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਿਆਨ ਲਿਖਾ ਦਿੱਤਾ ਸੁਣ ਲਿਆ ਠੀਕ ਹੈ ਸੋ ਇਹ ਉਹ ਦੂਸਰਾ ਬਿਆਨ ਸੀ ਤੁਸੀਂ ਦੋ ਬਿਆਨ ਸੁਨੇ 3 ਜੁਲਾਈ ਤੇ 6 ਜੁਲਾਈ ਇਹ ਤਾਂ ਪੁਲਿਸ ਨੂੰ ਜਾਂ ਐਸਆਈਟੀ ਨੂੰ ਦਿੱਤੇ ਗਏ ਬਿਆਨ ਸੀ ਲੇਕਿਨ ਇਸ ਬਿਆਨ ਤੋਂ ਬਾਅਦ ਤਕਰੀਬਨ 15 ਮਹੀਨੇ ਵੀ ਜਾਂ ਤੋਂ ਬਾਅਦ ਇਸ ਸਾਲ ਅਕਤੂਬਰ 18 ਤੇ 25 ਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ جاری ਇਸ ਕੇਸ ਦੇ ਮੁਕਦਮੇ ਤੇ ਟ੍ਰਾਇਲ ਦੇ ਦੌਰਾਨ ਜਜ ਸਾਹਬ ਦੇ ਸਾਹਮਣੇ 164 ਦੇ ਬਿਆਨਾਂ ਦੇ ਵਿੱਚ ਪ੍ਰਦੀਪ ਕੁਮਾਰ ਸ਼ਰਮਾ ਨੇ ਆਪਣੇ ਇਹਨਾਂ ਬਿਆਨਾਂ ਨੂੰ ਦਰਜ ਕਰਵਾਇਆ ਹੈ ਯਾਨੀ ਕਿ ਪੱਕਾ ਕਰਵਾਇਆ ਹੈ ਡੇਰਾ ਸੱਚਾ ਸੌਦਾ ਜਾਂ ਗੁਰਮੀਤ RAM ਰਹੀਮ ਦੇ ਪੱਖ ਦਾ ਕਹਿਣਾ ਹੈ ਕਿ ਪਹਿਲਾਂ ਵੀ ਪ੍ਰਦੀਪ ਕੁਮਾਰ ਸ਼ਰਮਾ ਤੋਂ 11 ਜੁਲਾਈ ਸਾਲ 2018 ਨੂੰ ਬਿਆਨ ਲਏ ਗਏ ਸਨ ਲੇਕਿਨ ਉਸ ਦੌਰਾਨ ਉਸਨੇ ਆਪਣੇ ਬਿਆਨਾਂ ਨੂੰ ਬਿਆਨਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਨਹੀਂ ਬੋਲੀਆਂ ਸਨ ਸੋ ਗੁਰਮੀਤ RAM ਰਹੀਮ ਦਾ ਬਚਾਅ ਪੱਖ ਇਸ ਚੀਜ਼ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ ਕਿ ਪ੍ਰਦੀਪ ਕੁਮਾਰ ਸ਼ਰਮਾ ਕਿਸੇ ਰੰਜਿਸ਼ ਦੇ ਚੱਲਦਿਆ ਇਹਨਾਂ ਬਿਆਨਾਂ ਨੂੰ ਦੇ ਰਿਹਾ ਹੈ ਲੇਕਿਨ ਇਸ ਬਿਆਨ ਦੀ ਕਾਫੀ ਅਹਿਮੀਅਤ ਹੈ ਕਿਉਂਕਿ ਪ੍ਰਦੀਪ ਕੁਮਾਰ ਸ਼ਰਮਾ ਦਾ ਇਹੀ ਬਿਆਨ ਉਹ ਕੋਰੋਬੋਰੇਟਿਵ ਬਿਆਨ ਹੈ ਜੋ ਕਿ ਮਹਿੰਦਰਪਾਲ ਬਿੱਟੂ ਦੀ ਸਟੇਟਮੈਂਟ ਦੇ ਨਾਲ ਜੋੜ ਕੇ ਵੇਖਿਆ ਜਾਏਗਾ ਮਹਿੰਦਰਪਾਲ ਬਿੱਟੂ ਨੇ ਜੂਨ 20 ਜੂਨ ਸਾਲ 2018 ਨੂੰ ਮੋਗਾ ਦੀ ਜੀਐਮਆਈਸੀ ਦੀ ਅਦਾਲਤ ਜਿੱਦਾ ਜ਼ਿਕਰ ਮੈਂ ਪਹਿਲਾਂ ਕੀਤਾ ਉਸ ਸਾਹਮਣੇ ਇੱਕ ਬਹੁਤ ਹੀ ਅਹਿਮ ਬਿਆਨ ਦਰਜ ਕਰਾਇਆ ਸੀ ਜਿਸ ਨੇ ਕਿ ਪੂਰੀ ਦੀ ਪੂਰੀ ਇਸ ਸਾਜ਼ਿਸ਼ ਤੇ ਕੌਨਸਪੀਰੇਸੀ ਦਾ ਪਰਦਾ ਫਾਸ਼ ਕੀਤਾ ਸੀ ਜਿਸ ਦੀ ਕੋਰੋਬੋਰੇਸ਼ਨ ਦੀ ਜਿਹੜੀ ਲੋੜ ਸੀ ਉਸ ਨੂੰ ਪੂਰਾ ਕਰ ਦੇਣ ਵਾਲਾ ਇਹ ਬਿਆਨ ਹੈ ਪ੍ਰਦੀਪ ਸ਼ਰਮੇ ਦਾ ਸੋ ਮਹਿੰਦਰਪਾਲ ਬਿੱਟੂ ਦਾ ਵੀ ਜਿਹੜਾ ਬਿਆਨ ਹੈ ਉਹ ਜੋ ਜੱਜ ਸਾਹਿਬ ਦੇ ਸਾਹਮਣੇ ਦਰਜ ਕਰਵਾਇਆ ਗਿਆ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਸਮਝ ਵਿੱਚ ਆਇਆ ਵੀ ਮਹਿੰਦਰਪਾਲ ਬਿੱਟੂ ਉਸ ਬਿਆਨ ਤੋਂ ਵੀ ਹੌਸਟਾਈਲ ਟਰਨ ਕਰਦਾ ਹੋਇਆ ਨਜ਼ਰ ਆਇਆ ਲੇਕਿਨ 164 ਦਾ ਬਿਆਨ ਜੋ ਕਿ ਜੀਐਮਆਈਸੀ ਮੋਗਾ ਦੀ ਅਦਾਲਤ ਦੇ ਸਾਹਮਣੇ ਉਸਨੇ ਦਰਜ ਕਰਾਇਆ ਸੀ ਕਾਫੀ ਅਹਿਮ ਸੀ ਤੇ ਅੱਜ ਇਹ ਦੋਵੇਂ ਬਿਆਨਾਂ ਨੂੰ ਜਦੋਂ ਰਲਾ ਕੇ ਵੇਖਿਆ ਜਾਏਗਾ 164 ਦੇ ਦੋ ਬਿਆਨ ਜਦੋਂ ਇੱਕ ਦੂਸਰੇ ਨੂੰ ਕੋਰੋਬੋਰੇਟ ਕਰਦੇ ਹੋਣਗੇ ਉਹਨਾਂ ਹਾਲਾਤਾਂ ਦੇ ਵਿੱਚ ਦਿਕਤਾ ਜਿਹੜੀਆਂ ਹੈ ਗੁਰਮੀਤ ਰਾਮ ਰਹੀਮ ਤੇ ਡੇਰੇ ਸੱਚੇ ਸੌਦੇ ਲਈ ਵਧਣ ਗਿਆ ਮਹਿੰਦਰਪਾਲ ਬਿੱਟੂ ਦਾ ਬਿਆਨ ਕੀ ਸੀ ਆ ਮੈਂ ਤੁਹਾਨੂੰ ਵੀ ਸੁਣਾ ਦਿੰਨਾ ਹੈ ਮੈਂ ਸਾਲ 1985 ਵਿੱਚ ਡੇਰਾ ਸੱਚਾ ਸਾਦਾ ਤੋਂ ਨਾਮਦਾਨ ਲਿਆ ਸੀ ਅਤੇ ਸਾਲ 2000 ਵਿੱਚ ਸ਼ਹਿਰ ਦਾ ਪੰਗੀ ਦਾਸ ਬਣਿਆ ਸੀ ਸਾਲ 2006 ਵਿੱਚ ਮੈਂ ਸਟੇਟ ਕਮੇਟੀ ਮੈਂਬਰ ਡੇਰਾ ਸੱਚਾ ਸੌਦਾ ਬਣਿਆ ਸੀ ਕਿਉਂਕਿ 45 ਮੈਂਬਰ ਹੁੰਦੇ ਹਨ ਜੋ ਪੂਰੇ ਸਟੇਟ ਨੂੰ ਕੰਟਰੋਲ ਕਰਦੇ ਨੇ ਮੈਂ ਡੇਰੇ ਦੀਆਂ ਸਰਗਰਮੀਆਂ ਵਿੱਚ ਸ਼ੁਰੂ ਤੋਂ ਹੀ ਵਰ ਚੜ ਕੇ ਹਿੱਸਾ ਲੈਂਦਾ ਰਿਹਾ ਸੰਨ 2009 ਦਿਗਲ ਹੈ ਬਾਜਾਖਾਨਾ ਵਿਖੇ ਦਾਦੂਵਾਲ ਦਾ ਸਮਾਗਮ ਹੋਇਆ ਸੀ ਜਿਸ ਵਿੱਚ ਉਸਨੇ ਸਾਡੇ ਡੇਰੇ ਦੇ ਧਰਮਗੁਰੂ ਸੰਤ ਗੁਰਮੀਤ RAM ਰਹੀਮ ਦੇ ਖਿਲਾਫ ਗਲਤ ਸ਼ਬਦ ਵਰਤੇ ਸਨ ਅਤੇ ਉਹਨਾਂ ਨੂੰ ਮੰਦਾ ਆਖਿਆ ਸੀ ਜਿਸ ਦੇ ਵਿਰੋਧ ਵਿੱਚ ਅਸੀਂ ਵੀ ਉੱਥੇ ਇੱਕ ਇਕੱਠ ਕੀਤਾ ਤਾਂ ਕਿ ਪੁਲਿਸ ਉੱਪਰ ਦਬਦਬਾ ਬਣਾਇਆ ਜਾ ਸਕੇ ਅਤੇ ਦਾਦੋਵਾਲ ਨੂੰ ਇਹ ਸਭ ਕਰਨ ਤੋਂ ਰੋਕਿਆ ਜਾ ਸਕੇ ਫਿਰ ਸੰ 2011 ਵਿੱਚ ਪਿੰਡ ਤਲੇਕੇ ਵਿਖੇ ਡੇਰਾ ਪ੍ਰੇਮੀਆ ਤੇ ਕੱਟੜ ਪੰਥੀਆਂ ਵਿੱਚ ਝਗੜਾ ਹੋਇਆ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਸਾਡੇ ਡੇਰਾ ਪ੍ਰੇਮੀ ਨਾਲ ਵਧੀਕੀ ਕੀਤੀ ਅਤੇ ਉਸ ਨੂੰ ਜਿਪਸੀ ਪਿੱਛੇ ਪਾ ਕੇ ਕਸੀਟਿਆ ਜਿਸ ਦੇ ਵਿਰੋਧ ਵਿੱਚ ਮੋਗਾ ਵਿੱਚ ਸਿੱਧ ਨਾਮ ਚਰਚਾ ਕਾਰ ਵਿੱਚ ਸਾਡਾ ਇੱਕ ਇਕੱਠ ਹੋਇਆ ਜਿਸ ਦੀ ਅਗਵਾਈ ਮੈਂ ਤੇ ਮੇਰੇ ਨਾਲ ਜਗਜੀਤ ਸਿੰਘ ਪੀਜਾਪੁਰ ਗੁਰਜੀਤ ਸਿੰਘ ਮੋਗਾ ਹਰਜੀਤ ਸਿੰਘ ਅਬੋਹਰ ਹਰਿੰਦਰ ਸ਼ਰਮਾ ਸੰਕਰੂਰ ਬਲਦੇਵ ਕੁਸ਼ਣ ਸੁਨਾਮ ਪ੍ਰਤੀ ਸਿੰਘ ਬਾਗਾਪੁਰਾਣਾ ਅਤੇ ਹੋਰ ਆਗੂਆਂ ਨੇ ਕੀਤੀ ਜਿਨ੍ਹਾਂ ਦੇ ਨਾਮ ਮੈਨੂੰ ਯਾਦ ਨਹੀਂ ਕਿਉਂਕਿ ਉਹ 4000 ਬੰਦਿਆਂ ਦਾ ਘਟ ਸੀ ਮੈਨੂੰ ਅਤੇ ਮੇਰੇ ਨਾਲ ਜਗਜੀਤ ਸਿੰਘ ਚੋਰਾ ਸਿੰਘ ਅਤੇ ਗੁਰਜੀਤ ਸਿੰਘ ਨੂੰ ਮੋਗਾ ਦੇ ਉਸ ਸਮੇਂ ਦੇ ਐਸਐਸਪੀ ਸ਼੍ਰੀ ਸੁਨੇਹਦੀਪ ਸ਼ਰਮਾ ਨੇ ਗੱਲਬਾਤ ਕਰਨ ਲਈ ਬੁਲਾਇਆ ਅਤੇ ਪਿੱਛੋਂ ਕੁਝ ਨੌਜਵਾਨ ਡੇਰਾ ਪ੍ਰੇਮੀ ਪੜ ਗਏ ਜਿਨ੍ਹਾਂ ਨੇ ਪੀਆਰਟੀਸੀ ਦੀ ਬਸ ਦੀ ਪੰਤੋੜ ਕੀਤੀ ਅਤੇ ਉਸ ਦੇ ਟਾਇਰ ਨੂੰ ਅੱਗ ਲਾ ਦਿੱਤੀ ਉਸ ਤੋਂ ਬਾਅਦ ਵਿਖੀ ਵਿਖੇ ਵੀ ਦਾਦੂਵਾਲ ਦਾ ਇੱਕ ਸਮਾਗਮ ਹੋਇਆ ਜਿਸ ਦੇ ਵਿਰੋਧ ਵਿੱਚ ਅਸੀਂ ਇਕੱਠੇ ਹੋਏ ਜਦੋਂ ਪੁਲਿਸ ਨੇ ਸਾਨੂੰ ਪਾਸੇ ਕਰ ਦਿੱਤਾ ਅਤੇ ਪੁਲਿਸ ਦੀ ਦਾਦੂਵਾਲ ਦੇ ਬੰਦਿਆਂ ਨਾਲ ਝੜਪ ਹੋ ਗਈ। ਮੈਨੂੰ ਅਤੇ ਮੇਰੇ ਸਾਥੀਆਂ ਨੂੰ ਗੈਰ ਕਾਨੂੰਨੀ ਕੰਮ ਕਰਨ ਲਈ ਹਦਾਇਤਾਂ ਦੇਣ ਵਾਲੇ ਹਰਸ਼ਤੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਉਸਦੇ ਨਾਲ ਸੀ। ਜਿਨ੍ਹਾਂ ਨੇ ਮੈਨੂੰ ਕਿਹਾ ਕਿ ਦਾਦੂਵਾਲ ਦਾ ਕੰਡਾ ਹੀ ਕੱਢਣਾ ਪੈਣਾ ਹੈ ਅਤੇ ਉਸ ਨੂੰ ਜਾਨੋਂ ਮਾਰ ਦਿਓ। ਜਿਸ ਪਰ ਮੈਂ ਕੋਰਟ ਕਪੂਰੇ ਗਿਆ ਅਤੇ ਉੱਥੇ ਜਾ ਕੇ ਦੋ ਆਲਮੀਆਂ ਨਾਲ ਗੱਲ ਕੀਤੀ। ਜਿਨ੍ਹਾਂ ਦੇ ਨਾਮ ਸੁਖਜਿੰਦਰ ਸਿੰਘ ਉਰਫ ਸੰਨੀ ਕੱਡਾ ਅਤੇ ਨੀਲਾ ਫਰੀਦ ਕੋਠਾਨ ਹਨ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਸੰਗਤ ਭੇਜ ਦਿਓ ਅਸੀਂ ਇਸ ਵਾਰ ਦਾਦੂਵਾਲ ਦੇ ਖਿਲਾਫ ਕੁਝ ਨਾ ਕੁਝ ਕਰਕੇ ਹੀ ਮੁੜਾਂਗੇ ਜਿਸ ਉੱਤੇ ਅਸੀਂ ਕੋਟਕਪੂਰਾ ਨਾਮਚਰਚਾ ਕਾਰਜ ਵਿੱਚ ਇਕੱਠ ਕੀਤਾ ਜਿਸ ਵਿੱਚ ਬਲਾਕ ਕਮੇਟੀਆਂ ਦੇ ਜ਼ੋਨਾਂ ਦੇ 15 ਮੈਂਬਰ ਆਏ ਪਰ ਕਿਸੇ ਨੇ ਵੀ ਹਾਮੀ ਨਹੀਂ ਭਰੀ ਅਤੇ ਸਾਡਾ ਮਿਸ਼ਨ ਫੇਲ ਹੋ ਗਿਆ ਜਦੋਂ ਜਦੋਂ ਮੈਂ ਡੇਰਾ ਸਰਸਾ ਜਾਂਦਾ ਸੀ ਉੱਥੇ ਹਰਸ਼ ਅਤੇ ਪ੍ਰਦੀਪ ਦੋਵੇਂ ਗੈਰ ਕਾਨੂੰਨੀ ਕੰਮ ਕਰਨ ਲਈ ਉਕਸਾਉਂਦੇ ਸੀ ਅਤੇ ਕਹਿੰਦੇ ਸੀ ਕਿ ਦਾਦੂਵਾਲ ਦੇ ਖਿਲਾਫ ਕੁਝ ਕਰੋ ਕਿਉਂਕਿ ਉਹ ਤਾਂ ਨਾ ਸਾਡੀ ਫਿਲਮ ਲੱਗਣ ਦਿੰਦਾ ਹੈ ਨਾ ਨਾਮਚਰਚਾ ਕਰਨ ਦਿੰਦਾ ਹੈ ਅਤੇ ਨਾ ਹੀ ਕੋਈ ਹੋਰ ਕੰਮ ਕਰਨ ਦਿੰਦਾ ਹੈ ਉਸ ਤੋਂ ਬਾਅਦ ਪਿੰਡ ਬੁਰਜਵਾਰ ਸਿੰਘ ਵਾਲਾ ਵਿਖੇ ਕਥਾਵਾਚਕ ਮਾਂਜੀ ਦਾ ਇੱਕ ਸਮਾਗਮ ਹੋਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਸਾਡੇ ਕਈ ਡੇਰਾ ਪ੍ਰੇਮੀਆਂ ਨੇ ਡੇਰੇ ਵੱਲੋਂ ਦਿੱਤੇ ਲੋਕਟ ਲਾ ਕੇ ਸੁੱਟ ਦਿੱਤੇ ਜਿਸ ਬਾਰੇ ਮੈਨੂੰ ਬਰਗਾੜੀ ਨਾਮ ਚਰਚਾਕਾਰ ਵਿੱਚ ਪਤਾ ਲੱਗਾ ਜਿਸ ਬਾਰੇ ਮੈਂ ਹਰਸ਼ ਅਤੇ ਪ੍ਰਦੀਪ ਨੂੰ ਇਤਲਾਾ ਕੀਤੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਜੇਕਰ ਇਹ ਸਾਡੇ ਗੁਰੂ ਨੂੰ ਪੈਰਾਂ ਵਿੱਚ ਰੋਲਦੇ ਹਨ ਤਾਂ ਤੁਸੀਂ ਵੀ ਕੁਝ ਕਰੋ ਜਿਸ ਉਤੇ ਮੈਂ ਸਨਿਕੰਡਾ ਅਤੇ ਨੀਲਾ ਨੇ ਮੀਟਿੰਗ ਕਰਕੇ ਸਲਾਹ ਕੀਤੀ ਕਿ ਅਸੀਂ ਇਹਨਾਂ ਦਾ ਗੁਰੂ ਚੋਰੀ ਕਰਕੇ ਲੈ ਜਾਵਾਂਗੇ ਜਿਸ ਉੱਪਰ ਇਹਨਾਂ ਦੋਨਾਂ ਨੇ ਹੋਰ ਪ੍ਰੇਮੀਆਂ ਨੂੰ ਨਾਲ ਮਿਲਾ ਕੇ ਬੁਰਜਵਾਲ ਸਿੰਘ ਵਾਲਾ ਸਥਿਤ ਗੁਰਦੁਆਰਾ ਸਾਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲਿਆ ਉਸ ਸਮੇਂ ਮੈਂ ਇਹਨਾਂ ਦੇ ਨਾਲ ਨਹੀਂ ਸੀ ਜਿਸ ਬਾਰੇ ਮੈਨੂੰ ਇਹਨਾਂ ਨੇ 2 ਦਿਨ ਬਾਅਦ ਦੱਸਿਆ ਇਹਨਾਂ ਨੇ ਮੈਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਤੁਸੀਂ ਫਿਕਰ ਨਾ ਕਰੋ ਉਸ ਤੋਂ 3 ਮਹੀਨੇ ਬਾਅਦ ਮੈਂ ਨੀਲਾ ਫਰੀਦਕੋਟ ਸਨਿਕੰਡਾ ਅਤੇ ਸ਼ਕਤੀ ਸਿੰਘ ਇਕੱਠੇ ਹੋਏ ਅਤੇ ਇਹਨਾਂ ਨੇ ਕਿਹਾ ਕਿ ਅਸੀਂ ਪੋਸਟਰ ਲਾ ਕੇ ਕਟੜਪੰਥੀਆਂ ਨੂੰ ਚੈਲੰਜ ਕਰਾਂਗੇ ਜਿੱਥੇ ਇਹ ਵੀ ਲਿਖਿਆ ਗਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੇਜ ਫਾੜ ਕੇ ਸੁੱਟਾਂਗੇ ਉੱਥੇ ਉਸ ਪੋਸਟਰ ਦਾ ਇੱਕ ਕੱਚਾ ਪੇਜ ਮੈਂ ਖੁਦ ਲਿਖਿਆ ਸੀ ਜਿਸ ਵਿੱਚ ਸਾਡੀ ਚਾਰਾਂ ਦੀ ਰਾਏ ਸੀ ਉਸ ਤੋਂ ਹਫ਼ਤਾ 10 ਦਿਨ ਬਾਅਦ ਇਹਨਾਂ ਨੇ ਇਸ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਜਿਸ ਵਿੱਚ ਮੈਂ ਇਹਨਾਂ ਦੇ ਨਾਲ ਨਹੀਂ ਸੀ ਇਹਨਾਂ ਨੇ ਬਰਗਾੜੀ ਵਿੱਚ ਪੋਸਟਰ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਾਰਨ ਬਾਰੇ ਮੈਨੂੰ ਅਗਲੇ ਦਿਨ ਦੱਸਿਆ ਉਸ ਤੋਂ ਬਾਅਦ ਕੋਰਕਾ ਪੂਰਾ ਸ਼ਹਿਰ ਵਿੱਚ ਬਹੁਤ ਰੌਲਾ ਪੈ ਗਿਆ ਅਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਜਿਸ ਤੇ ਮੈਂ ਹਰੀਸ਼ ਨਾਲ ਗੱਲ ਕੀਤੀ ਜਿਸ ਨੇ ਮੈਨੂੰ ਕਿਹਾ ਕਿ ਤੁਸੀਂ ਘਬਰਾਓ ਨਾ ਅਤੇ ਕਿਸੇ ਨੂੰ ਕੁਝ ਨਾ ਦੱਸਿਓ ਸਾਡੀ ਉੱਪਰਲੇ ਲੈਵਲ ਤੇ ਸੂਤ ਹੈ ਜਦੋਂ ਕੋਈ ਗੱਲ ਹੋਈ ਤਾਂ ਅਸੀਂ ਆਪੇ ਸਾਂਭ ਲਿਆਂਗੇ ਜਿਸ ਦੇ ਵਿਰੋਧ ਵਿੱਚ ਥਾਂ ਥਾਂ ਤੇ ਧਰਨੇ ਲੱਗਣ ਲੱਗ ਪਏ ਅਤੇ ਮੈਨੂੰ ਇਹਨਾਂ ਮੁੰਡਿਆਂ ਨੇ ਕਿਹਾ ਕਿ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਸਾਂਭੋ ਸਾਨੂੰ ਤਾਂ ਡਰ ਲੱਗਦਾ ਹੈ ਜਿਸ ਉੱਤੇ ਮੈਂ ਇਹਨਾਂ ਨੂੰ ਸਲਾਹ ਦਿੱਤੀ ਕਿ ਅਜੇ ਖੜ੍ਹ ਜਾਓ ਜਿੱਥੇ ਪਿਆ ਹੈ ਪਿਆਰ ਰਹਿਣ ਦਿਓ ਇਸ ਤੋਂ ਬਾਅਦ 15 ਦਿਨ ਬਾਅਦ ਜਦੋਂ ਟਿਕਾ ਹੋ ਗਿਆ ਮੈਂ ਅਤੇ ਸੰਨੀ ਨਾਮ ਚਰਚਾ ਕਰ ਵਿੱਚ ਮਿਲੇ ਜਿੱਥੇ ਮੈਂ ਸੰਨੀ ਨੂੰ ਕਿਹਾ ਕੱਲ ਮੈਨੂੰ ਗੁਰੂ ਗ੍ਰੰਥ ਸਾਹਿਬ ਫੜਾ ਦਿਓ ਜਿਸ ਨੇ ਮੈਨੂੰ ਸੰਧੂਆਂ ਪਿੰਡ ਵਿੱਚ ਬੁਲਾ ਕੇ ਗੁਰੂ ਗ੍ਰੰਥ ਸਾਹਿਬ ਦੇਣ ਦੀ ਗੱਲ ਕਹੀ ਅਤੇ ਉਸ ਨੇ ਮੈਨੂੰ ਸੰਧੂਆਂ ਵਿਖੇ ਦੇ ਦਿੱਤਾ ਜੋ ਮੈਂ ਜਾ ਕੇ ਸੁੱਟ ਦਿੱਤਾ ਜਿਸ ਦਾ ਮੈਨੂੰ ਬਹੁਤ ਦੁੱਖ ਹੈ ਅਤੇ ਪਛਤਾਵਾ ਵੀ ਮੈਂ ਗੁੰਮਰਾਹ ਹੋ ਗਿਆ ਸੀ ਅਤੇ ਮੈਂ ਐਦਾਂ ਦਾ ਬੰਦਾ ਨਹੀਂ ਹਾਂ ਫਿਰ ਆਪਣਾ ਵਿਆਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੋਇਆ ਸੀ ਮੈਂ ਆਪਣੇ ਕੀਤੇ 'ਤੇ ਸ਼ਰਮਿੰਦਾ ਹਾਂ ਅਤੇ ਦੋਵੇਂ ਹੱਥ ਜੋੜ ਕੇ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣਦਿਆਂ ਆਪਣੇ ਕੀਤੇ ਦੀ ਮਾਫੀ ਮੰਗਦਾ ਹਾਂ। ਗੁਰੂ ਅਤੇ ਅਦਾਲਤ ਮੇਰੇ ਕੀਤੇ ਗੁਨਾਹ ਲਈ ਬਖਸ਼ ਦੇਣ। ਮੈਂ ਫੇਰ ਕਦੇ ਐਦਾਂ ਦਾ ਕੁਝ ਨਹੀਂ ਕਰਾਂਗਾ। ਮੈਨੂੰ ਮਾਫ ਕੀਤਾ ਜਾਵੇ। ਮੈਂ ਆਪਣਾ ਸਾਰਾ ਬਿਆਨ ਪੜ੍ਹ ਲਿਆ ਹੈ ਜੋ ਕਿ ਸਹੀ ਅਤੇ ਦਰੁਸਤ ਹੈ। ਮੈਂ ਕੁਝ ਹੋਰ ਨਹੀਂ ਲਿਖਵਾਉਣਾ ਚਾਹੁੰਦਾ। ਮੈਨੂੰ ਮਾਫ ਕੀਤਾ ਜਾਵੇ। ਮੈਨੂੰ ਆਪਣੇ ਕੀਤੇ ਦਾ ਅਫਸੋਸ ਹੈ। ਦਸਤਖਤ ਮਹਿੰਦਰ ਪਾਲ ਸੋ ਤੁਸੀਂ ਜੁਨੇ ਮਹਿੰਦਰਪਾਲ ਬਿੱਟੂ ਦਾ ਬਿਆਨ ਜਿਸ ਵਿੱਚ ਕੀ ਉਸਨੇ ਸਾਰੀਆਂ ਪਰਤਾਂ ਜਿਹੜੀਆਂ ਇਸ ਪੂਰੀ ਦੀ ਪੂਰੀ ਅਪਰਾਧਿਕ ਸਾਜ਼ਿਸ਼ ਸੀ 2015 ਦੇ ਤਕਰੀਬਨ 4 ਮਹੀਨੇ ਜੂਨ ਤੋਂ ਲੈ ਕੇ ਅਕਤੂਬਰ ਤੱਕ ਚੱਲੀ ਉਸ ਦੀਆਂ ਸਾਰੀਆਂ ਪਰਤਾਂ ਫਰੋਲੀਆਂ ਖੋਲੀਆਂ ਇਸ ਕੇਸ ਦੇ ਵਿੱਚ ਉਸਨੇ ਮੁੱਖ ਤੌਰ ਤੇ ਕਲੀਅਰ ਕਰਤਾ ਹੈ ਕਿ ਜੱਥੇਦਾਰ ਦਾਦੂਵਾਲ ਜਿਹੜੇ ਹੈਗੇ ਨੇ ਉਹ ਮੇਨ ਟਾਰਗੇਟ ਸੀ ਲੇਕਿਨ ਜਦੋਂ ਜੱਥੇਦਾਰ ਦਾਦੂਵਾਲ ਤੇ ਉਹਨਾਂ ਦਾ ਬਸ ਨਹੀਂ ਚੱਲਿਆ ਜਾਂ ਫਿਰ ਉਹਨਾਂ ਦੀ ਆਪਣੀ ਕਮੇਟੀਆਂ ਨੇ ਸਮੇਂ-ਸਮਿਆਂ ਉੱਤੇ ਇਸ ਚੀਜ਼ ਦੇ ਪ੍ਰਤੀ ਆਪਣੇ ਹੱਥ ਖੜੇ ਕਰਤੇ ਵੀ ਉਹ ਕਿਸੇ ਵੀ ਵੱਡੇ ਹਮਲੇ ਜਾਂ ਦਾਦੂਵਾਲ ਦੇ ਖਿਲਾਫ ਕੋਈ ਵੀ ਵੱਡੀ ਕਾਰਵਾਈ ਦਾ ਸੋ ਆਹ ਕਰਕੇ ਉਹਨਾਂ ਨੇ ਹਰਜਿੰਦਰ ਸਿੰਘ ਮਾਂਜੀ ਦੇ ਉਸ ਦੀਵਾਨ ਤੋਂ ਬਾਅਦ ਪ੍ਰਭਾਵਿਤ ਹੋ ਕੇ ਪ੍ਰੇਰਿਤ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਜਿਹੜੇ ਦੀਵਾਨ ਲੱਗੇ ਸੀ ਉਹ ਵੀ ਬੁਰਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਲੱਗੇ ਸੀ ਤੇ ਇਹ ਜਿਹੜੀ ਬੇਦਵੀ ਸੀ ਇਸ ਨੂੰ ਵੀ ਬੁਰਜਵਾਰ ਸਿੰਘ ਵਾਲਾ ਦੇ ਹੀ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੁੱਕੇ ਕਰਨ ਦਾ ਪਲਾਨ ਇਹ ਸਭ ਨੇ ਕੀਤਾ ਮਹਿੰਦਰਪਾਲ ਬਿੱਟੂ ਦੇ ਬਿਆਨ ਦੇ ਵਿੱਚ ਉਹ ਸਾਰੇ ਜਿਹੜੀ ਹੋਰ ਕੜੀਆਂ ਹੈਗੀਆਂ ਨੇ ਜਿਸ ਵਿੱਚ ਕੀ ਸੁਖਜਿੰਦਰ ਸੰਨੀ ਰਣਦੀਪ ਨੀਲਾ ਜਾਂ ਜਿਹੜੇ तमाम ਨਿਸ਼ਾਨ ਸ਼ਕਤੀ ਵਗੈਰਾ ਵਰਗੇ ਲੋਕ ਸਨ ਇਹ ਸਾਰੇ ਜੁੜਦੇ ਹੈਗੇ ਨੇ ਇਹ ਵੀ ਕਾਫੀ ਹੱਦ ਤੱਕ ਮਹਿੰਦਰਪਾਲ ਬਿੱਟੂ ਨੇ ਕਲੀਅਰ ਕਰਤਾ ਜੋ ਦੋ ਬੇਦਬੀਆਂ ਕਰਤੀਆਂ ਜਾਂਦੀਆਂ ਨੇ ਉਹਨਾਂ ਬੇਦਬੀਆਂ ਦੀ ਕਰਨ ਦੀ ਜਾਂ ਬੋਸਟ ਲਗਾਉਣ ਦੀਆਂ ਘਟਨਾਵਾਂ ਦਾ ਕੁਝ ਕੁ ਦਿਨ ਉਸ ਨੂੰ ਪਤਾ ਨਹੀਂ ਲੱਗਦਾ ਲੇਕਿਨ ਉਸ ਦੀ ਇਹ ਜਾਣਕਾਰੀ ਦਾ ਹਿੱਸਾ ਸੀ ਕਿ ਇਸ ਤਰੀਕੇ ਦੀ ਵਾਰਦਾਤ ਆਉਣ ਵਾਲੇ ਦਿਨਾਂ ਵਿੱਚ ਹੋਏਗੀ ਉਸ ਤੋਂ ਬਾਅਦ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਬਚਿਆ ਸੀ ਯਾਨੀ ਕਿ ਜਿਨ੍ਹਾਂ ਨੂੰ ਕੱਟ ਕੇ ਉਹਨਾਂ ਦੇ ਪੱਤਰੇ ਜਿਹੜੇ ਸੀ ਉਹ ਬਰਗਾੜੀ ਦੇ ਵਿੱਚ ਨਹੀਂ ਖੜਾਰੇ ਜਾ ਸਕੇ ਸਨ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕੀ ਜਿਹੜੇ ਪੇजेस ਸਨ ਉਹਨਾਂ ਨੂੰ ਇੱਕ ਡਰੇਨ ਦੇ ਵਿੱਚ ਵਹਾਇਆ ਗਿਆ ਜਿਸ ਉੱਤੇ ਮਹਿੰਦਰਪਾਲ ਬਿੱਟੋ ਨੇ ਕਾਫੀ ਜ਼ਿਆਦਾ ਅਫਸੋਸ ਵੀ ਜਤਾਇਆ ਤੇ ਮਾਫੀ ਵੀ ਇਸ ਪੂਰੇ ਦੇ ਪੂਰੇ ਆਪਣੇ ਬਿਆਨ ਦੇ ਵਿੱਚ ਮਾਨਯੋਗ ਅਦਾਲਤ ਦੇ ਸਾਹਮਣੇ ਉਹ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਇਹ ਦੋ ਬਿਆਨਾਂ ਨੂੰ ਜਦੋਂ ਆਪਾਂ ਇਕੱਠਾ ਜੋੜ ਕੇ ਵੇਖਾਂਗੇ ਪਹਿਲਾ ਜਿਹੜਾ ਮੈਂ ਤੁਹਾਨੂੰ ਪ੍ਰਦੀਪ ਕੁਮਾਰ ਸ਼ਰਮੇ ਦਾ ਸੁਣਾਇਆ ਤੇ ਮਹਿੰਦਰਪਾਲ ਬਿੱਟੂ ਦਾ ਸੁਣਾਇਆ ਇਹ ਦੋਵੇਂ ਬਿਆਨ ਇਸ ਪੂਰੇ ਦੇ ਪੂਰੇ ਬੇਦਬੀ ਦੇ ਕੇਸਾਂ ਨੂੰ ਇੱਕ ਨਵੀਂ ਡਾਈਮੈਂਸ਼ਨ ਦੇਣ ਦੀ ਸਮਰੱਥਾ ਰੱਖਦੇ ਨੇ ਇਸ ਕੇਸ ਦੇ ਵਿੱਚ ਐਸਆਈਟੀਜ਼ ਨੇ ਆਪਣਾ ਕੰਮ ਬਖੂਬੀ ਕੀਤਾ ਹੈ ਰਣਵੀਰ ਸਿੰਘ ਖੱਟੜਾ ਦੀ ਐਸਆਈਟੀ ਹੋਵੇ ਤੇ ਹੁਣ ਐਸਪੀਐਸ ਪਰਮਾਰ ਦੀ ਐਸਆਈਟੀ ਵੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਹੁਣ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਇਹ ਹੋਏਗਾ ਕਿ ਗ ਸਿੰਘ ਕੜੀਆਂ ਨੇ ਉਹ ਉਹੀ ਤਿੰਨ ਲੋਕ ਹੈਗੇ ਨੇ ਹਰਸ਼ ਤੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਇਹ ਤਿੰਨ ਗੁਰਮੀਤ ਰਾਮ ਰਹੀਮ ਦੇ ਖਾਸਮ ਖਾਸ ਲੋਕ ਸਨ ਕੋਈ ਵੀ ਜਿਹੜੀ ਇਨਸਟਰਕਸ਼ਨ ਗੁਰਮੀਤ ਰਾਮ ਰਹੀਮ ਦੇ ذریعے ਹੋ ਕੇ ਮਹਿੰਦਰਪਾਲ ਸਿੰਘ ਮਿੱਟੂ ਨੂੰ ਮਿਲਦੀ ਸੀ ਉਹ ਇਹ ਤਿੰਨ ਲੋਕਾਂ ਦੇ ذریعے ਮਿਲ ਰਹੀ ਹੋ ਸਕਦੀ ਹੈ ਇਹਨਾਂ ਦਾ ਨਾਂ ਪ੍ਰਦੀਪ ਕੁਮਾਰ ਸ਼ਰਮਾ ਆਪਣੀ ਸਟੇਟਮੈਂਟ ਵਿੱਚ ਲੈ ਰਿਹਾ ਹੈ ਜਿਹੜੀ ਐਸਆਈਟੀ ਲਈ ਇਸ ਚੀਜ਼ ਨੂੰ ਵੀ ਡਿਫੈਂਡ ਕਰਨਾ ਬਹੁਤ ਜ਼ਰੂਰੀ ਹੋਵੇਗਾ ਕਿ ਇਹ ਜਿਹੜਾ ਬਿਆਨ 3 ਜੁਲਾਈ 2020 ਨੂੰ ਉਹਨਾਂ ਨੇ ਦਰਜ ਕਰਾਇਆ ਯਾਨੀ ਕਿ ਪ੍ਰਦੀਪ ਸ਼ਰਮਾ ਨੇ ਦਰਜ ਕਰਾਇਆ ਉਸ ਤੋਂ 3 ਦਿਨ ਬਾਅਦ ਅਗਲੇ ਬਿਆਨ ਦੇ ਵਿੱਚ ਜੋ ਕਿ ਸਪਲੀ ਬਾਦ ਦੇ ਵਿੱਚ ਅਦਾਲਤ ਦੇ ਵਿੱਚ ਤੇ ਕਨਸੋਲੀਡੇਟਿਡ ਬਿਆਨ ਹੀ ਉਸਨੇ ਜਿਹੜਾ ਸੀ ਆਪਣਾ ਦਿੱਤਾ ਲੇਕਿਨ ਇਹ ਤਿੰਨ ਦਿਨਾਂ ਦੇ ਵਿੱਚ ਵਿੱਚ ਕੀ ਫਰਕ ਅਜਿਹਾ ਪਿਆ ਵੀ ਜਿਸ ਕਾਰਨ ਗੁਰਮੀਤ ਰਾਮ ਰਹੀਮ ਵੀ ਜਿਹੜਾ ਸੀ ਪਿਕਚਰ ਦੇ ਵਿੱਚ ਆ ਗਿਆ ਸੋ ਇਹ ਬਹੁਤ ਅਹਿਮ ਗੱਲਾਂ ਬਾਤਾਂ ਨੇ ਜੋ ਕਿ ਤਫਤੀਸ਼ ਤੇ ਇਸ ਵਕਤ ਦਾ ਟ੍ਰਾਇਲ ਦੀ ਸਟੇਜ ਤੇ ਹੈਗੀਆਂ ਨੇ ਹੁਣ ਗੁਰਮੀਤ ਰਾਮ ਰਹੀਮ ਤੋਂ ਕਸਟੋਡੀਅਲ ਇੰਟਰੋਗੇਸ਼ਨ ਉਸ ਤਰੀਕੇ ਨਾਲ ਨਹੀਂ ਹੋ 파ਰੇ ਜਿਸ ਤਰੀਕੇ ਨਾਲ ਇਹ ਹੋਣੀ ਚਾਹੀਦੀ ਸੀ ਮੰਦ ਭਾਗੀ ਗੱਲ ਹੈ ਕਿ ਗੁਰਮੀਤ ਰਾਮ ਰਹੀਮ ਅਜੇ ਸੁਨਰੀਆ ਦੀ ਜੇਲ੍ਹ ਵਿੱਚ ਬੈਠਾ ਹੈ ਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀਆਂ ਪਟੀਸ਼ਨਾਂ ਦਾ ਹਵਾਲਾ ਲੈ ਕੇ ਉਹ ਇਸ ਚੀਜ਼ ਨੂੰ ਸਥਾਪਿਤ ਕਰਨਾ ਚਾਹ ਰਿਹਾ ਸੀ ਵੀ ਉਹ ਪੁਲਿਸ ਕੋਲ ਜਾਣਾ ਨਹੀਂ ਚਾਹੁੰਦਾ ਸੁਰੱਖਿਆ ਦੇ ਉਹੀ ਕੰਸਰਨ ਜੋ ਕਿ ਗੈਂਗਸਟਰ ਵੱਲੋਂ ਜ਼ਾਹਰ ਕੀਤੇ ਗਏ ਸਨ ਉਹੀ ਅੱਜ ਗੁਰਮੀਤ ਰਾਮ ਰਹੀਮ ਦਾ ਜਿਹੜਾ ਕਾਨੂੰਨੀ ਪੱਖ ਹੈ ਅਦਾਲਤਾਂ ਦੇ ਵਿੱਚ ਲੈੰਦਾ ਹੋਇਆ ਨਜ਼ਰ ਆ ਰਿਹਾ ਹੈ ਬਿਹਤਰ ਇਹ ਹੁੰਦਾ ਵੀ ਜੇ ਇੱਕ ਸਟੂਡੀਓਲ ਇੰਟਰੋਗੇਸ਼ਨ ਹੁੰਦੀ ਤੇ ਉਸੇ ਮਾਹੌਲ ਦੇ ਵਿੱਚ ਹੁੰਦੀ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਆਪਣੀ ਇੰਟਰੋਗੇਸ਼ਨ ਕਰਦੀ ਹੈ ਤਾਂ ਫਿਰ ਸ਼ਾਇਦ ਇਸ ਕੇਸ ਦੇ ਵਿੱਚ ਗੁਰਮੀਤ ਰਾਮ ਰਹੀਮ ਵੀ ਉਹ ਗੱਲਾਂ ਬਾਤਾਂ ਦੱਸ ਦੇ